ਨੌਕਰੀ ਦਾ ਜਵਾਨ ਮੈਨੂੰ ਇੰਨਾ ਕੀ ਲੱਗਦਾ ਕਿ ਨੌਕਰੀ ਬੰਦੇ ਦੇ ਪੇਟ ਨੂੰ ਭੁੱਖ ਲੱਗਦੀ ਆ ਉਹਦੇ ਟੰਬਰ ਨੂੰ ਚਲਾਉਣ ਵਾਸਤੇ ਇੱਕ ਮਜਬੂਰੀ ਹੁੰਦੀ ਨੌਕਰੀ ਮਜਬੂਰੀ ਤੋਂ ਵੱਧ ਕੁਝ ਨਹੀਂ ਅਸਲ ਚ ਕੰਮ ਕੀ ਆ ਕੰਮ ਲੋਕਾਂ ਚ ਜਾਣਾ ਲੋਕਾਂ ਦਾ ਕੰਮ ਕਰਨਾ ਇਹ ਦੇਸ਼ ਨੂੰ ਬਦਲਣਾ ਹੈ ਦੇਸ਼ ਦੇ ਵਿੱਚ ਬਰਾਬਰਤਾ ਦੀ ਗੱਲ ਲੈ ਕੇ ਨੌਕਰੀ ਤੇ ਜਿਹੜੀ ਕੀਤੀ ਮੈਨੂੰ ਨਹੀਂ ਲੱਗਾ ਕਦੇ ਕੋਈ ਨੈਪਸੀਲਾਰ ਪਟਵਾਰੀ ਕਰਨ ਨੂੰ ਮੈਨੂੰ ਕੁਛ ਨਹੀਂ ਲੱਗਾ ਇਹੋ ਜਿਹਾ ਮੈਨੂੰ ਲੱਗਾ ਕਿ ਤੇ ਮੇਰੀ ਇੱਕ ਲੋੜ ਸੀ ਬਸ ਲੋੜ ਚੋਂ ਨੌਕਰੀ ਕੀਤੀ ਜੇ ਲੋੜ ਨਾ ਹੁੰਦੀ ਮੇਰੇ ਕੋਲ ਵਸੀਲੇ ਹੁੰਦੇ ਤਾਂ ਮੈਂ ਇੱਕ ਦਿਨ ਵੀ ਨੌਕਰੀ ਕਰਨ ਲਈ ਤਿਆਰ ਨਹੀਂ ਸੀ ਮੈਂ ਗ੍ਰਾਮੀ ਕਰਨੀ ਬਰਦਾਸ਼ਤ ਨਹੀਂ ਕਰਦਾ ਤੁਸੀਂ ਨਹੀਂ ਕਰਦਾ ਮਜਬੂਰੀ ਨੂੰ ਇਹ ਨੌਕਰੀ ਚ ਜਾਣਾ ਮੇਰੇ ਲਈ ਐਸਸੀ ਜਾਂ ਨਾਨ ਐਸਸੀ ਕੋਈ ਮਹੱਤਵ ਵਾਲੀ ਗੱਲ ਨਹੀਂ ਹੈਗੀ ਮੈਂ ਸਮਝਦਾ ਮਨੁੱਖ ਮਨੁੱਖ ਹੁੰਦਾ ਹੈ ਐਸਸੀ ਨਾਨ ਐਸਸੀ ਬੀਸੀ ਓਬੀਸੀ ਇਹ ਸਾਰਾ ਕੁਝ ਸਤਾ ਦੀਆਂ ਦੇਣਾ ਹੈ ਲਾਜ ਲਈ ਪੈਸਾ ਨਹੀਂ ਹੈਗਾ ਤੁਸੀਂ ਇੱਕ ਕਾਰਡ ਬਣਾ ਕੇ ਦੇ ਦਿਓ ਦੋ ਕਾਰਡ ਬਣਾ ਕੇ ਦੇ ਦਿਓ ਚਾਹੇ ਕਿਸੇ ਵੀ ਨਾਮ ਦੇ ਉੱਤੇ ਇਹਨਾਂ ਨੂੰ ਬੀਮਾ ਕਾਰਡ ਕਹਿ ਦਿਓ ਹੈਲਥ ਬੀਮਾ ਕਾਰਡ ਕਹਿ ਦਿਓ ਕੁਛ ਵੀ ਕਹੋ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਤੁਹਾਨੂੰ ਇਸ ਦੇਸ਼ ਦੇ ਵਿੱਚ ਜੰਮਿਆ ਹੋਇਆ ਵਿਅਕਤੀ ਬਿਨ ਲਾਜੋਂ ਕਿਉਂ ਮਰੂਗਾ ਜੇ ਬਿਨ ਲਾਜੋਂ ਮਰ ਰਿਹਾ ਹੈ ਤੇ ਮੈਂ ਸ਼ਰਮਸਾਰ ਜੋ ਕਈ ਵਾਰੀ ਗੱਲ ਕਰਦੇ ਆਂ ਲੋਕਾਂ 'ਚ ਜਾ ਕੇ ਕਿ ਤੁਹਾਨੂੰ ਇਸ ਕਿਸਾਨ ਅੰਦੋਲਨ ਦੀ ਸਪੋਰਟ 'ਚ ਦਲਤਾਂ ਨੂੰ ਜਾਣਾ ਚਾਹੀਦਾ ਹੈ ਤੇ ਜਾਤੀ ਉਤਪੀੜਨ ਚੱਲ ਰਹਾ ਹੈ ਲੋਕਾਂ ਨੂੰ ਇਸ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਕਈ ਪੁੱਛਦੇ ਕਿ ਕਿਉਂ ਕਰਨੀ ਚਾਹੀਦੀ ਹੈ ਤੇ ਮੇਰਾ ਇੱਕ ਸਵਾਲ ਹੁੰਦਾ ਅੱਗੇ ਕਿ ਅੰਦੋਲਨ ਨੂੰ ਜਿੰਨਾ ਬਹੁਤ ਜ਼ਰੂਰੀ ਤੇ ਇਹਦੇ ਤੋਂ ਬਾਅਦ ਇੱਕ ਵੱਡਾ ਅੰਦੋਲਨ ਹੋਰ ਲੜਿਆ ਜਾਣਾ ਹੈ ਜਿਹੜਾ ਇਕਵੈਲਟੀ ਦਾ ਅੰਦੋਲਨ ਬਰਾਬਰਤਾ ਦਾ ਅੰਦੋਲਨ ਇਹ ਵਿਵਸਥਾ ਬਦਲ ਦੇਣ ਦਾ ਅੰਦੋਲਨ ਉਹ ਲੜਿਆ ਜਾਣਾ ਅੰਦੋਲਨ ਇਹਨੂੰ ਜਿੱਤਾਂਗੇ ਅਗਲੇ ਅੰਦੋਲਨ ਨੂੰ ਅਸੀਂ ਲੜਾਂਗੇ ਕਿ ਲੋਕ ਕਹਿੰਦੇ ਯਾਰ ਇਹ ਤੇ ਜਿਹੜੇ ਦਲਤਾਂ ਦੀ ਗੱਲ ਕਰਦੇ ਉਹ ਗਰੀਬ ਲੋਕ ਆ ਉਹ ਰੋਟੀ ਪਾਣੀ ਦੇ ਚੱਤਰ ਚ ਜੁਰੇ ਰਹਿੰਦੇ ਆ ਤੇ ਮੈਂ ਕਿਹਾ ਫੇ ਇਹ ਲੜਾਈ ਕਿ ਦੀ ਲੋੜ ਹੈ ਦੇਣ ਕਿਹਨ ਬਦਲਨੇ ਚਾਹੁੰਦਾ ਜਿਹੜਾ ਆਪਣੇ ਦਿਨ ਬਦਲਨੇ ਚਾਹੁੰਦਾ ਉਹਨੂੰ ਲੜਨਾ ਦੀ ਜੇ ਆਪਾਂ 1947 ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਦੇਖੀ ਹੈ ਉਹਨੂੰ 5-5 ਦੇ ਵੰਡਦੇ ਜਾਓ ਤਾਂ ਤਾਂ ਵੀ ਜਾਨੀ 47 ਤੋਂ 5-5 ਜੋੜਦੇ ਜਾਓ ਕਿੰਨੇ ਸਰਕਾਰਾਂ ਬਣ ਜਾਣੀਆਂ 5 ਸਾਲ ਵਾਲੀਆਂ ਫਿਰ ਵਿੱਚ ਥੋੜੇ ਅਰਸੇ ਵਾਲੀਆਂ ਵੀ ਹੁੰਦੀਆਂ ਕਾਫੀ ਬਣ ਜਾਣੀਆਂ ਜੇ ਇੰਨੀਆਂ ਸਰਕਾਰਾਂ ਕੁਝ ਨਾ ਕਰ ਸਕੀਆਂ ਤੇ ਬਾਈ ਵਾਲੀ ਕੀ ਚੰਦੇ ਚੜਦੋ ਐਨਕੇ ਐਨਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਹਰ ਇਨਸਾਨ ਦਾ ਸੁਪਨਾ ਹੁੰਦਾ ਕਿ ਜਿਹੜਾ ਆਪਣਾ ਬੁਢਾਪਾ ਹੈ ਆਪਣੇ ਬੱਚਿਆਂ ਦੀ ਸਹਾਰੇ ਜਿਉਂਦਾ ਰੱਖਣਾ ਹੈ ਜੀਵਨ ਬਤੀਤ ਕਰਨਾ ਹੈ ਜਾਂ ਜਿਹੜੇ ਅੱਜ ਸਰਕਾਰੀ ਜੋਬ ਤੇ ਹੋਣ ਜਾਂ ਪ੍ਰਾਈਵੇਟ ਜੋਬ ਤੇ ਹੋਣ ਉਹਨਾਂ ਦਾ ਸੁਪਨਾ ਹੁੰਦਾ ਕਿ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਨਾਲ ਆਨੰਦ ਮਾਣਨਾ ਘੁੰਮਣਾ ਹੈ ਫਿਰਨਾ ਹੈ ਜਾਂ ਘਰ ਦੇ ਵਿੱਚ ਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਹੈ ਪਰ ਇਸ ਦੇ ਉਲਟ ਜਿਨ੍ਹਾਂ ਨੇ ਸੀਨੇ ਤਾਣ ਕੇ ਖਾਧੀ ਹੋਵੇ ਜਿਨ੍ਹਾਂ ਦੇ ਅੰਦਰ ਦਰਦ ਹੋਵੇ ਜਿਨ੍ਹਾਂ ਨੇ ਜੋਬ ਕਰਦਿਆਂ ਕਰਦਿਆਂ ਸਮਾਜ ਦਾ ਦਰਦ ਦੇਖਿਆ ਹੋਵੇ ਤਾਂ ਅਸਲ ਉਹ ਪੋਲਿਟਿਕਲ ਲੋਕਾਂ ਦੀਆਂ ਚਾਲਾਂ ਸਮਝੀਆਂ ਹੁਣ ਤਾਂ ਉਹ ਲੋਕ ਕਿੰਨੇ ਬੰਦੇ ਮੈਂ ਇਸ ਤਰ੍ਹਾਂ ਦੇ ਇੱਕ ਖਾਸ ਸ਼ਖਸੀਅਤ ਖਾਸ ਇਨਸਾਨ ਦੀ ਗੱਲ ਕਰਨ ਜਾ ਰਿਹਾ ਜਿਨ੍ਹਾਂ ਦਾ ਨਾਮ ਹੱਲੇ ਤੱਕ ਜਸਵਿੰਦਰ ਪਟਵਾਰੀ ਤੋਂ ਜਾਣਿਆ ਜਾਂਦਾ ਪਰ ਉਹ ਨਾਇਬ ਤਹਿਸੀਲਦਾਰ ਤੋਂ ਰਿਟਾਇਰ ਹੋਏ ਨੇ ਰਿਟਾਇਰ ਵੀ ਐਸੇ 31 ਮਾਰਚ ਨੂੰ ਹੋਏ ਨੇ ਤੇ ਅੱਜ ਉਹ ਮੋਟਰਸਾਈਕਲ ਤੇ ਦੋ ਝੰਡੇ ਕਾਲਾ ਝੰਡਾ ਤੇ ਇੱਕ ਸਨ ਮਜ਼ਦੂਰ ਦਾ ਜਿਹੜਾ ਚੰਡਾ ਮੋਟਰਸਾਈਕਲ ਤੇ ਵਨ ਕੇ ਘਰ ਘਰ ਜਾਣ ਦੇ ਲਈ ਉਪਰਾਲਾ ਕਰ ਰਹੇ ਨੇ ਲੋਕਾਂ ਨੂੰ ਜਗਾਉਣ ਦੀ ਗੱਲ ਇਹ ਅੰਦੋਲਨ ਦੀ ਜਿੱਥੇ ਜਾਣਕਾਰੀ ਦੇ ਰਹੇ ਨੇ ਅੰਦੋਲਨ ਵਾਸਤੇ ਉੱਥੇ ਜਾਣ ਲਈ ਪ੍ਰੇਰਿਤ ਕਰਦੇ ਨੇ ਉੱਥੇ ਹੀ ਸਰਕਾਰਾਂ ਦੀਆਂ ਚਾਲਾਂ ਤੋਂ ਵੀ ਪ੍ਰੇਰਿਤ ਕਰਦੇ ਨੇ ਕਿਉਂਕਿ ਇਹਨਾਂ ਨੇ ਚੰਗੀ ਤਰ੍ਹਾਂ ਘੋਖਿਆ ਹੈ ਵਾਚਿਆ ਹੈ ਦੇਖਿਆ ਹੈ ਸਰਕਾਰਾਂ ਦੀਆਂ ਚਾਲਾਂ ਨੂੰ ਤੇ ਸਮਾਜ ਦੇ ਦਰਦ ਨੂੰ ਔਰ ਦੂਜੀ ਗੱਲ ਇਹ ਕਹਾਂ ਕਿ ਸਾਦਗੀ ਦੀ ਗੱਲ ਸਾਦਗੀ ਰਟਾਇਰ ਤਹਿਸੀਲਦਾਰ ਹੋਇਆ ਹੋਵੇ ਪੈਰਾਂ ਦੇ ਵਿੱਚ ਬੂਟ ਦੇ ਨਾਲ ਜਰਾਬਾ ਨਾ ਪਾਈਆਂ ਹੋਣ ਤੇ ਨਾਲ ਗੱਲ ਕੀਤੀ ਸਾਫਾ ਉਹ ਮਜ਼ਦੂਰ ਦੇ ਵਾਂਗ ਬਣਿਆ ਹੋਵੇ ਇਹ ਗੱਲ ਹਰ ਇੱਕ ਦੇ ਹਾਜ਼ਮ ਨਹੀਂ ਹੁੰਦੀ ਅਸੀਂ ਅਕਸਰ ਦੇਖਦੇ ਹਾਂ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਲੋਕ ਰਿਟਾਇਰ ਹੁੰਦੇ ਨੇ ਉਹਨਾਂ ਦਾ ਜਿਉਣਾ ਅਲੱਗ ਹੁੰਦਾ ਅਰਬਨ ਸਟੇਟਾਂ ਦੇ ਵਿੱਚ ਰਹਿਣਾ ਹੁੰਦਾ ਬੜਬੜੀਆਂ ਕੋਠੀਆਂ ਦੇ ਵਿੱਚ ਰਹਿਣਾ ਹੁੰਦਾ ਜਾਤ-ਕੋਤ ਧਰਮ ਨੂੰ ਬਦਲ ਕੇ ਰਹਿਣਾ ਹੁੰਦਾ ਤੇ ਇਸ ਤਰ੍ਹਾਂ ਦੀ ਅੱਜ શિક્ષિત ਨੂੰ ਤੁਹਾਡੇ ਮੈਂ ਰੂਬਰੂ ਕਰਨ ਜਾ ਰਿਹਾ ਮੇਰੇ ਮਤਾਬਕ ਇੱਕ ਦੇਵਤੇ ਤੋਂ ਘੱਟ ਨਹੀਂ ਐ ਉਹ ਦੇਵਤੇ ਰਹਿ ਵਰ ਜਿਹੜੇ ਉਹਨਾਂ ਨੇ ਆਪ ਆਪਣੇ ਸੁੱਖਾਂ ਨੂੰ ਤਿਆਗ ਕੇ ਮਾਨਵਤਾ ਦੇ ਭਲੇ ਲਈ ਕੰਮ ਕੀਤੇ ਨੇ ਮਾਨਵਤਾ ਦੇ ਵਾਸਤੇ ਕੰਮ ਕੀਤੇ ਨੇ ਬਤਾਂ ਨੂੰ ਜਾਗਰੂਕ ਕਰਨ ਦੇ ਲਈ ਕੰਮ ਕੀਤੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਰੂਬਰੂ ਕਰਾਂ ਇਹ ਨਾਮ ਅੱਜ ਤੱਕ ਪੱਕਿਆ ਹੋਇਆ ਜਸਵਿੰਦਰ ਪਟਵਾਰੀ ਪਰ ਇਹ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੋਂ ਰਿਟਾਇਰ ਹੋਏ ਨੇ ਰਿਟਾਇਰ ਵੀ ਸਿਰਫ ਸਿਰਫ 1 ਮਹੀਨਾ ਹੀ ਹੋਇਆ ਹੈ 31 ਮਾਰਚ ਨੂੰ ਹੈ ਸਭ ਤੋਂ ਪਹਿਲਾਂ ਸਵਾਗਤ ਕਰੀਏ ਜੀ ਬਹੁਤ ਸਲੀਕੇ ਦੇ ਨਾਲ ਤੁਹਾਡਾ ਜੀ ਆਇਆਂ ਤੇ ਅਸੀਂ ਖਾਸ ਕਰਕੇ ਤੁਹਾਡੇ ਵਰਗੇ ਖਾਸ شخصیتਾਂ ਨੂੰ ਰਹਿਬਰ ਤੋਂ ਘੱਟ ਨਹੀਂ ਮੰਨਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜੀ ਆਇਆਂ ਆਖਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਅੱਜ ਮੇਰੇ ਨਾਲ ਰੂਬਰੂ ਹੋ ਰਹੇ ਹੋ ਜਾਂ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਆ ਇਹ ਕੋਈ ਸ਼ਖਸ਼ੀਅਤ ਵਾਲੀ ਨਹੀਂ ਗੱਲ ਹੈਗੀ ਜਾਂ ਕੋ ਰਹਿ ਬਰਾੜੀ ਨਹੀਂ ਮੇਰੀ ਤਾਂ ਗੱਲ ਮੈਨੂੰ ਐ ਚੰਗਾ ਲੱਗਦਾ ਕਿ ਅਸੀਂ ਆਪਣੇ ਲੋਕਾਂ 'ਚ ਜਾਈਏ ਕਿਰਤੀ ਲੋਕਾਂ 'ਚ ਮਜ਼ਦੂਰ ਲੋਕਾਂ 'ਚ ਜਾਈਏ ਉਹਨਾਂ ਨੂੰ ਚੇਤਨ ਕਰੀਏ ਅੱਜ ਇਹ ਅੰਦੋਲਨ ਚੱਲ ਰਿਹਾ ਜਦੋਂ ਮੈਂ ਸਵੇਰੇ ਨਿਕਲਿਆ ਘਰੋਂ ਤੇ ਕੋਈ ਦਿਖਾਵੇ ਦਾ ਨਹੀਂ ਸੀ ਹੈਗਾ ਦਿਖਾਵੇ ਨੂੰ ਕਦੇ ਨਾ ਮੈਂ ਪਸੰਦੀ ਕੀਤਾ ਆ ਨਾ ਕੋਈ ਕੋਠੀਆਂ ਕਾਰਾਂ ਸ਼ੋਰ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਮਨੁੱਖ ਜਿਹੜਾ ਆ ਉਹ ਆਪਣੇ ਨੇਕ ਕਰਮਾਂ ਨਾਲ ਚੰਗੇ ਕੰਮ ਦੇ ਨਾਲ ਹੀ ਜਿੰਦਾ ਆ ਤੇ ਉਹ ਚੰਗਾ ਕੰਮ ਕਰਨਾ ਮੈਨੂੰ ਵਧੀਆ ਲੱਗਦਾ ਕਿ ਲੋਕਾਂ ਦੇ ਵਿੱਚ ਜਾ ਕੇ ਚੰਗਾ ਕਰ ਕੋਈ ਰੱਬ ਰੱਬ ਕਰਨਾ ਜਾਂ ਹੋਰ ਗੱਲਾਂ ਕਰਨੀਆਂ ਉਹ ਬੰਦੋਕਾਂ ਦੇ ਨਿੱਜੀ ਆ ਕੰਮ ਹੈਗੇ ਪਰ ਮੈਨੂੰ ਜੋ ਲੱਗਾ ਅੱਜ ਤੱਕ ਜਿਹਨੂੰ ਮੈਂ ਕਰਮ ਕਹਿ ਰਿਹਾ ਉਹ ਕਰਮ ਆ ਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਚੇਤਨ ਕਰਨਾ ਤੇ ਜਦੋਂ ਲੋਕ ਆਪਣੇ ਹੱਕਾਂ ਪ੍ਰਤੀ ਚੇਤਨ ਹੋ ਜਾਣਗੇ ਤੇ ਮੇਰਾ ਇਹ ਪੱਕਾ ਯਕੀਨ ਆ ਕਿ ਸਾਡਾ ਦੇਸ਼ ਅੱਗੇ ਜਾਊਗਾ ਅਜਰਗਾ ਦੇਸ਼ ਨਹੀਂ ਫਿਰ ਰਹੂਗਾ ਨਾ ਚੇਤਨ ਹੋਣ ਕਰਕੇ ਹੀ ਅਗਰ ਅਜਰਗਾ ਦੇਸ਼ ਆ ਲੋਕ ਗਰੀਬੀ ਨਾਲ ਅੰਗਾਲੀ ਨਾਲ ਬਿਮਾਰੀ ਨਾਲ ਧੁਖਮਰੀ ਨਾਲ ਬੇਰਜਗਾਰੀ ਨਾਲ ਜਾਤ ਪਾਤ ਦੇ ਨਾਲ ਨਫ਼ਰਤ ਦੇ ਨਾਲ ਗਰਸਤਾ ਜਿਦੋਂ ਇਹ ਦੇਸ਼ ਸਾਡਾ ਪਿਆ ਤੇ ਮੈਨੂੰ ਇਹ ਲੱਗਦਾ ਚੰਗੇ ਲੋਕ ਵੀ ਆਗੇ ਆ ਬਹੁਤ ਸਾਰੇ ਚੰਗੇ ਆ ਮਾਰੇ ਵੀ ਹੈਗੇ ਆ ਪਰ ਇਹ ਦੇਸ਼ ਨੂੰ ਬਦਲਣਾ ਲੱਗਦਾ ਮੈਨੂੰ ਕਿ ਸਾਡੇ ਲੋਕਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਦੇਸ਼ ਨੂੰ ਬਦਲੀਏ ਤੁਸੀਂ ਐ ਇਸ ਅਹੁਦੇ ਤੋਂ ਰਟਾਇਰ ਕਦੋਂ ਹੋਏ ਨਾਇਬ ਤਹਿਸੀਲਦਾਰ ਦੀ ਜ਼ਿੰਮੇਵਾਰੀ ਤੋਂ ਉਹ ਨੌਕਰੀ ਦਾ ਜਵਾਨ ਮੈਨੂੰ ਇੰਨਾ ਕੀ ਲੱਗਦਾ ਕਿ ਨੌਕਰੀ ਬੰਦੇ ਦੇ ਪੇਟ ਨੂੰ ਭੁੱਖ ਲੱਗਦੀ ਆ ਉਹਦੇ ਟੱਬਰ ਨੂੰ ਚਲਾਉਣ ਵਾਸਤੇ ਇੱਕ ਮਜਬੂਰੀ ਹੁੰਦੀ ਨੌਕਰੀ ਮਜਬੂਰੀ ਤੋਂ ਵੱਧ ਕੋਈ ਨਹੀਂ ਹੈਗਾ ਅਸਲ ਚ ਕੰਮ ਕੀਆ ਕੰਮ ਲੋਕਾਂ ਚ ਜਾਣਾ ਲੋਕਾਂ ਦਾ ਕੰਮ ਕਰਨਾ ਇਹ ਦੇਸ਼ ਨੂੰ ਬਦਲਣਾ ਹੈ ਦੇਸ਼ ਦੇ ਵਿੱਚ ਬਰਾਬਰਤਾ ਦੀ ਗੱਲ ਲੈ ਕੇ ਆਉਣੀ ਨੌਕਰੀ ਤੇ ਜਿਹੜੀ ਕੀਤੀ ਮੈਨੂੰ ਨਹੀਂ ਲੱਗਾ ਕਦੇ ਕੋਈ ਨੈਪਸੀਲਾਰ ਪਟਵਾਰੀ ਕਾਨੂੰ ਕੋ ਮੈਨੂੰ ਕੁਛ ਨਹੀਂ ਲੱਗਾ ਇਹੋ ਜਿਹਾ ਮੈਨੂੰ ਲੱਗਾ ਕਿ ਤੇ ਮੇਰੀ ਇੱਕ ਲੋੜ ਸੀ ਬਸ ਲੋੜ ਚੋਂ ਨੌਕਰੀ ਕੀਤੀ ਜੇ ਲੋੜ ਨਾ ਹੁੰਦੀ ਮੇਰੇ ਕੋਲ ਵਸੀਲੇ ਹੁੰਦੇ ਤਾਂ ਮੈਂ ਇੱਕ ਦਿਨ ਵੀ ਨੌਕਰੀ ਕਰਨ ਲਈ ਤਿਆਰ ਨਹੀਂ ਸੀ ਮੈਂ ਗ੍ਰਾਮੀ ਕਰਨੀ برداشت ਨਹੀਂ ਕਰਦਾ ਪਸੰਦ ਨਹੀਂ ਕਰਦਾ ਮਜਬੂਰੀ ਨੂੰ ਇਹ ਨੌਕਰੀ 'ਚ ਜਾਣਾ ਪਿਆ ਅੱਜ ਹਰ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਮੈਂ ਬਹੁਤ ਪੜਿਆ ਲਿਖਿਆ ਡਿਗਰੀ ਕੀਤੀ ਆ ਡਿਪਲੋਮਾ ਕੀਤਾ ਮਾਸਟਰ ਡਿਗਰੀ ਕੀਤੀ ਕਿ ਮੈਨੂੰ ਸਰਕਾਰੀ ਜੋਬ ਮਿਲ ਜਵੇ ਇੱਥੇ ਬਹੁਤ ਵੱਡੀ ਗੱਲ ਆਮ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਸੁਣਦੇ ਹੋਣਗੇ ਖਾਸ ਕਰਕੇ ਬੱਚਿਆਂ ਦੇ ਮਾਪੇ ਵੀ ਸੁਣਦੇ ਹੋਣਗੇ ਉਹਨਾਂ ਦੇ ਇੱਕ ਸਿੱਖਣ ਵਾਲੀ ਗੱਲ ਹੈ ਕਿ ਨਾਇਬ ਤਹਿਸੀਲਦਾਰ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਹ ਗੱਲ ਕਵੇ ਕਿ ਮੇਰੇ ਲਈ ਇੱਕ ਗੁਲਾਮੀ ਸੀਗੀ ਇਹਦੇ ਤੋਂ ਆਪਾਂ ਜਾਣਦੇ ਆਂ ਵੀ ਉਹ ਗੁਲਾਮੀ ਕਿੱਦਾਂ ਦੀ ਸੀ ਤੁਹਾਨੂੰ ਤੁਸੀਂ ਕੀ ਕਰਨਾ ਚਾਹੋਗੇ ਜਿਵੇਂ ਰਾਜ ਕਰਦੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹ ਪ੍ਰਸ਼ਾਸਨਿਕ ਅਧਿਕਾਰੀ ਜਿਹਨਾਂ ਉਹਦਿਆਂ ਤੇ ਤੁਸੀਂ ਰਹੇ ਹੋ ਤੇ ਉਹ ਤੁਸੀਂ ਆਮ ਲੋਕਾਂ ਨਾਲ ਵੀ ਜੁੜੇ ਤੇ ਤੁਸੀਂ ਸਰਕਾਰ ਚਲਾਉਣ ਵਾਲੇ ਲੋਕਾਂ ਨਾਲ ਵੀ ਜੁੜੇ ਤੇ ਕਈ ਹਾਲਾਤ ਹੁੰਦੇ ਨੇ ਤੁਹਾਡੇ ਧਿਆਨ ਦੇ ਵਿੱਚ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਉਹਨਾਂ ਰਾਜ ਕਰਦੇ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਕਿਦਾਂ ਦੀ ਇਹਨਾਂ ਦੀ ਦਛਾ ਹੁੰਦੀ ਹੈ ਕਿਦਾਂ ਦੀ ਇਨਸਾਨੀਅਤ ਹੁੰਦੀ ਹੈ ਦੇਖੋ ਮੈਨੂੰ ਇਹ ਲੱਗ ਰਿਹਾ ਜਦੋਂ ਜੋਬ ਵੀ ਕਰ ਰਿਆ ਸੀ ਨਾ ਮੈਂ ਕਈ ਲੋਕ ਸਰਟੀਫਿਕੇਟ ਬਣਾਉਣ ਆਉਂਦੇ ਸੀ ਮੈਂ ਉਹਨਾਂ ਨੂੰ ਪੁੱਛਦਾ ਸੀ ਕਿੰਨੀ ਜ਼ਮੀਨ ਆ ਉਹ ਇੱਕ ਜਵਾਬ ਦਿੰਦਾ ਸੀ ਐਸਸੀ ਆ ਮੈਂ ਫੇਰ ਪੁੱਛਦਾ ਜੀ ਜ਼ਮੀਨ ਕਿੰਨੀ ਆ ਐਸਸੀ ਆ ਮੈਂ ਯਾਰ ਕੀ ਐਸਸੀ ਹੋਣਾ ਤੇਰੀ ਨਿਸ਼ਾਨੀ ਆ ਕਿ ਤੂੰ ਬੇਜ਼ਮੀਨਾ ਨਹੀਂ ਹੋਏਗਾ ਇੱਕ ਇੱਕ ਜੁੜੀ ਹੋਈ ਗੱਲ ਆ ਮੇਰੇ ਲਈ ਐਸਸੀ ਜਾਂ ਨਾਨ ਐਸਸੀ ਕੋਈ ਮਹੱਤਵ ਵਾਲੀ ਗੱਲ ਨਹੀਂ ਹੈਗੀ ਮੈਂ ਸਮਝਦਾ ਮਨੁੱਖ ਮਨੁੱਖ ਹੁੰਦਾ ਐ ਐਸਸੀ ਨਾਨ ਐਸਸੀ ਬੀਸੀ ਓਬੀਸੀ ਇਹ ਸਾਰਾ ਕੁਝ ਸਤਾ ਦੀਆਂ ਦੇਣਾ ਆ ਲੋਕਾ ਜੀ ਕੁਆਲਿਟੀ ਹੋਣੀ ਚਾਹੀਦੀ ਕੀ ਐਸਸੀ ਕੀ ਨਾਨ ਐਸਸੀ ਇਹਨਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸਤਾ ਸੀਨਾ ਦੀ ਗੱਲ ਤੇ ਸਤਾ ਤੋਂ ਬਾਹਰ ਲੋਕਾਂ ਦੀ ਗੱਲ ਜਿਹੜੀ ਆ ਦੇਖੋ ਇਹ ਦੇਸ਼ ਤੁਸੀਂ ਬਹੁਤ ਅੱਛੇ ਢੰਗ ਨਾਲ ਨਿਰਮਲ ਕੁੜਾ ਜੀ ਜਾਣਦੇ ਆ ਕਿ ਦੇਸ਼ ਦੇ ਜਿਹੜੇ 75 80% ਲੋਕ ਆ ਜਿਹੜੇ ਬਹੁਤ ਮਾੜੀਆਂ ਹਾਲਤਾਂ 'ਚ ਜੀ ਰਹੇ ਆ ਸਾਨੂੰ ਉਹ ਲੋਕਾਂ ਦੀ ਵੀ ਜਾਣਕਾਰੀ ਜਿਹੜੇ ਸਕੂਲੋਂ ਜਾਣੋਂ ਵੀ ਆਵਾਜ਼ ਆ ਰਹਾ ਹੈ ਤੇ ਜੇ ਉਹਨੇ ਬੱਚਾ ਸਾਰੇ ਪੈਸੇ ਲਾ ਕੇ ਪੜ੍ਹਾ ਲਿਆ ਉਹਦੇ ਲਈ ਜੌਬ ਹੈ ਨਹੀਂ ਅਜੇ ਵੀ ਉਹ ਰੂਹਾਂ ਪਰੇਸ਼ਾਨ ਕਰਦੀਆਂ ਜਿਹੜੀਆਂ ਰੂਹਾਂ ਦੇ ਵਿੱਚ ਮੈਂ ਇਹ ਦੇਖਦਾ ਕਿ ਇੱਥੇ ਪੱਲੀ ਆ ਤੇ ਵਿੱਚ ਇੱਕ ਦਾਤੀ ਹੈ ਇੱਕ ਰੰਬੀ ਹੈ ਉਹ ਅਜੇ ਵੀ ਜਾ ਰਹੀ ਹੈ ਅਪਮਾਨਿਤ ਜੀਵਨ ਜਿਹੜਾ ਉਹ ਨਹੀਂ ਚੰਗਾ ਲੱਗਦਾ ਮਨੁੱਖਾ ਮਨੁੱਖ ਨੂੰ ਸਨਮਾਨ ਮਿਲਣਾ ਚਾਹੀਦਾ ਮਨੁੱਖ 'ਚ ਫਰਕ ਕਿਉਂ ਹੋਵੇ ਸਾਰੀ ਦੁਨੀਆ ਇੱਕੋ ਜੀ ਹੈ ਉਦਦੇ ਮਾਂ ਦੇ ਪੇਟੋਂ ਵੱਡਾ ਜੰਮਦਾ ਉਦਾਂ ਛੋਟਾ ਜੰਮਦਾ ਆ ਉਹੋ ਜੇ ਅੰਗ ਆਰ ਆ ਉਹੋ ਜੇ ਖੂਨ ਆ ਤੇ ਜੇ ਇਸ ਦੇਸ਼ ਦੇ ਅੰਦਰ ਨਾ ਬਰਾਬਰੀਤਾ ਆ ਇੱਕ ਨੂੰ ਲੋੜੇ ਦਾ ਸਨਮਾਨ ਲੈ ਕੇ ਤੁਰਿਆ ਫਿਰਦਾ ਇੱਕ ਨੂੰ અપਮਾਨ ਲੈ ਕੇ ਤੁਰਿਆ ਫਿਰਨਾ ਇਹ ਠੀਕ ਨਹੀਂ ਕਹਿ ਸਕਦਾ ਮੈਂ ਸਾਡੇ ਦੇਸ਼ ਲਈ ਨਹੀਂ ਠੀਕ ਹੈਗਾ ਇਹ ਸਾਡੇ ਰਹਿਬਰਾਂ ਨੇ ਜਿੰਨਾ ਸਾਨੂੰ ਰਸਤਾ ਦਿਖਾਇਆ ਗੁਰੂ ਗੋਬਿੰਦ ਸਿੰਘ ਅਰਗਿਆ ਨੇ ਡਾਕਟਰ ਅੰਬੇਡਕਰ ਅਰਗਿਆ ਨੇ ਭਗਤ ਸਿੰਘ ਅਰਗਿਆ ਨੇ ਜਿੰਨੀ ਵੀ ਲੜਾਈ ਲੜੀ ਆ ਉਹੀ ਇਕਵੈਲਟੀ ਦੀ ਲੜਾਈ ਲੜੀ ਆ ਕਿ ਧਰਤੀ ਤੇ ਬਰਾਬਰੀਤਾ ਹੋਣੀ ਚਾਹੀਦੀ ਆ ਤੇ ਮੈਨੂੰ ਇਹ ਲੱਗਦਾ ਕਿ ਮੈਂ ਤੇ ਇਹ ਅੱਜ ਜਦੋਂ ਸੰਯੁਕਤ ਮੋਰਚੇ ਦੀ ਕਾਲ ਆਈ ਸੀ ਕਿ 26 ਮਈ 6 ਮਹੀਨੇ ਪੂਰੇ ਹੋ ਗਏ ਆ ਅੱਜ ਬੁੱਧ ਪੂਰਨਮਾ ਵੀ ਆ ਤੇ ਇਸ ਧਰਤੀ ਦੇ ਪਰ ਰਦੀ ਧਰਤੀ ਦੇ ਉੱਤੇ ਮਹਾਤਮਾ ਬੁੱਧ ਵਰਗੀ ਇੱਕ ਮਹਾਨ ਸਿੱਖਿਅਤ ਹੋਈ ਹੈ ਜਿਨੇ ਬਹੁਤ ਵੱਡੇ ਵੱਡੀਆਂ ਗੱਲਾਂ ਕੀਤੀਆਂ ਆ ਉਹ ਬੁੱਧ ਪੂਰਨਮਾ ਦੀ ਵੀ ਲੋਕਾਂ ਨੂੰ ਵਾਰਕਵਾਦ ਵੀ ਦਿਨਾ ਆ ਉਹਨਾਂ ਦੇ ਸਿਖਿਆਵਾਂ ਨੂੰ ਆਤਮ ਸਾਥ ਕਰਨ ਦੀ ਗੱਲ ਵੀ ਕਹਿੰਗਾ ਉੱਪਰ ਉੱਪਰ ਨਹੀਂ ਆਤਮ ਸਾਥ ਕਰੋ ਉਹ ਸਿਖਿਆਵਾਂ ਨੂੰ ਤੇ ਅੰਦੋਲਨ ਨੂੰ ਵੀ ਤਕੜੇ ਹੋਕ ਜਿਹੜੇ ਅੰਦੋਲਨ ਹੁੰਦੇ ਆ ਇਹ ਕੋਈ ਦੇਸ਼ ਵਿਰੋਧੀ ਨਹੀਂ ਹੁੰਦੇ ਅਸਲ 'ਚ ਅੰਦੋਲਨ ਦੇਸ਼ ਨੂੰ ਸਹੀ ਰਾਹ ਤੇ ਲੈ ਕੇ ਆਉਣ ਲਈ ਹੁੰਦੇ ਆ ਅਗਰ ਅੰਦੋਲਨ ਨਹੀਂ ਹੋਣਗੇ ਲੋਕ ਗਲਤੀਆਂ ਦੇ ਖਿਲਾਫ ਨਹੀਂ ਬੋਲਣਗੇ ਤੇ ਕੀ ਬਣੂਗਾ ਭਲਾ ਡੁੱਬਾਂਗੇ ਬਹੁਤ ਸਾਰੇ ਡੁੱਬ ਗਏ ਕਰੋਨਾ 'ਚ ਦੇਖ ਹੀ ਰਿਹਾ ਨਾ ਆਕਸੀਜਨ ਤੋਂ ਬਿਨਾ ਮਰ ਗਏ ਲੋਕ 25 25 ਬੰਦੇ ਹਸਪਤਾਲਾਂ 'ਚ ਮਰ ਗਏ ਕਿ ਜਿੱਥੇ ਆਕਸੀਜਨ ਹੀ ਸੀ ਹੈਗੀ ਇਹ ਸਵਾਲ ਆ ਸਾਡੇ ਭਾਰਤੀ ਲੋਕਾਂ ਵਾਸਤੇ ਕਿ ਭਾਰਤੀ ਲੋਕੋ ਉੱਠੋ ਜਾਗੋ ਔਰ ਠੀਕ ਗੱਲ ਜਿਹੜੀ ਆ ਪੂਰੀ ਹਿੰਮਤ ਦੇ ਨਾਲ ਖੜੇ ਹੋ ਕੇ ਜਿਵੇਂ ਤੁਸੀਂ ਉઠੋ ਜਾਗੋ ਦੀ ਗੱਲ ਕੀਤੀ ਆ ਗੁਲਾਮੀ ਦੀ ਵੀ ਕੀਤੀ ਆ ਤੇ ਨਾਲ ਸੰਘਰਸ਼ ਦੀ ਵੀ ਗੱਲ ਕੀਤੀ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨੇ ਹੁਣ ਤੱਕ ਅਸੀਂ ਸੰਘਰਸ਼ ਦੇਖਦੇ ਆਏ ਆ ਜਾਂ ਬੁਲਾਰੇ ਸੁਣਦੇ ਆਏ ਆ ਜਾਂ ਪੜ੍ਹਦੇ ਵੀ ਆਏ ਕੀ ਲੱਗਦਾ ਤੁਹਾਨੂੰ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਜਾਂ ਬੱਚਿਆਂ ਨੂੰ ਲੋਕਤੰਤਰ ਬਾਰੇ ਜਾਗਰੂਤ ਕੀਤਾ ਹੁੰਦਾ ਕਿ ਲੋਕਾਂ ਨੇ ਹੀ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ ਇਹ ਇਹਦੇ ਰਿਜ਼ਲਟ ਕੋ ਅੱਛੇ ਨਹੀਂ ਆਉਣੇ ਸੀ ਜਿਵੇਂ ਅੱਜ ਜੋ ਸੰਘਰਸ਼ ਹੋ ਰਿਹਾ ਜਿਹੜੀ ਸਾਡੇ ਬਚਪਨ ਉਹਨਾਂ ਨੂੰ ਜਦੋਂ ਅਸੀਂ ਮਿਲਦੇ ਆ ਜਿਹੜੇ ਨੌਜਵਾਨ ਜਿਹੜੇ ਮਿਲਦੇ ਉਹਨਾਂ ਨੂੰ ਅਸੀਂ ਮਿਲਦੇ ਆ ਉਹਨਾਂ ਦੇ ਮਨ ਤੇ ਉਹਨਾਂ ਅਸਰ ਨਹੀਂ ਜਾਂਦਾ ਜੇ ਕਿਤੇ ਲੋਕਾਂ ਨੂੰ ਲੋਕਤੰਤਰ ਦਾ ਪਾਠ ਪੜਾਇਆ ਹੁੰਦਾ ਵੀ 5 ਸਾਲ ਬਾਅਦ ਇਹਨਾਂ ਨੇ ਤੁਹਾਡੇ ਕੋਲ ਉਹਨਾਂ ਉਦੋਂ ਵੀ ਵੱਡੇ ਵੱਡੇ ਸਵਾਲ ਕਰਿਓ ਸਵਾਲ ਨਹੀਂ ਹਾਲੇ ਤੱਕ ਕੋਈ ਕਾਰਨ ਜੋਗ ਹੋਇਆ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਦਾ ਜਵਾਬ ਨਾ ਡਾਕਟਰ ਮੇੜਕਰ ਜੀ ਨੇ 1952 ਦੇ ਵਿੱਚ ਭਾਰਤ ਦੀ ਪਹਿਲੀ ਪਾਰਲੀਮੈਂਟ ਇਲੈਕਸ਼ਨ ਲੜੀ ਸੀ ਜਿਹੜੀ ਪਹਿਲੀ ਪਾਰਲੀਮੈਂਟ ਜਿਹੜੀ ਆ ਆਜ਼ਾਦ ਭਾਰਤ ਦੀ ਜਿਹਨੂੰ ਪਾਰਲੀਮੈਂਟ ਕਹੀਏ ਅਸੀਂ ਉਹਨਾਂ ਦੇ ਅਗੇਂਸਟ ਉਹਨਾਂ ਦੇ ਹੀ ਇੱਕ ਜਿਹੜਾ ਅਹਲਕਾਰ ਸੀ ਦਾਗੇ ਉਹਨੂੰ ਖਿਲਾੜ ਦਿੱਤਾ ਗਿਆ ਤੇ ਡਾਕਟਰ ਸਾਹਿਬ ਜਿਹੜੇ ਦੁਨੀਆ ਦੇ ਇੱਕ ਵੱਡੇ ਚਿੰਤਕ ਸੀ ਦੇ ਵੱਡੇ ਵਿਦਵਾਨ ਸੀ ਦੇ ਬਹੁਤ ਕੁਆਲੀਫਾਈਡ ਪਰਸਨ ਸੀ ਦੇ ਜਿਨ੍ਹਾਂ ਨੇ ਲੋਕਾਂ ਲਈ ਬਹੁਤ ਸਾਰੀ ਗੱਲ ਕੀਤੀ ਹੈ ਔਰ ਖਾਸ ਕਰਕੇ ਜਿਹੜੇ ਆ ਦਲਤ ਲੋਕ ਆ ਇਹਨਾਂ ਦੀ ਮੁਕਤੀ ਪੂਰੇ ਦੇਸ਼ ਦੀ ਵੀ ਕੀਤੀ ਹੈ ਕਿਰਤੀ ਦੀ ਦਲਤਾਂ ਦੀ ਬੜੀ ਵੱਡੀ ਗੱਲ ਕੀਤੀ ਉਹ ਹਾਰ ਗਏ ਉਹਨਾਂ ਹੱਥੋਂ ਜਦੋਂ ਹਾਰੇ ਤੇ ਉਦੋਂ ਉਹਨਾਂ ਨੇ ਮੇਰੇ ਖਿਆਲ ਚ ਪਰਫੈਕਟ ਵਰਡ ਤਾਂ ਪੂਰੇ ਪੂਰੇ ਵਰਡ ਜਿਹੜੇ ਹੋਣਗੇ ਉਹ ਤਾਂ ਬੁੱਕ ਚੋਂ ਦੱਸ ਜਾ ਸਕਦੇ ਜੀ ਜੀ ਸੈਂਸ ਇਹ ਸੀ ਕਿ ਲੋਕਤੰਤਰ ਨਹੀਂ ਇਹ ਪੂੰਜੀਪਤੀਆਂ ਦਾ ਧੰਦਾ ਆ ਅਸਲੀ ਤੇ ਜੇ ਉਹ ਪੂੰਜੀਪਤੀਆਂ ਦਾ ਧੰਦਾ ਤੇ ਉੱਥੇ ਵੀਰ ਜੀ ਇਹਨੂੰ ਇਹਨੂੰ ਬੜਾ ਸੌਖਾ ਵੀ ਦੇਖਿਆ ਜਾ ਸਕਦਾ ਆ ਤੁਹਾਡਾ ਪਿੰਡ ਆ ਪਿੰਡ ਦੇ ਵਿੱਚ ਜਿਹੜੇ ਸਾਧਨ ਵਸੀਲਿਆਂ ਵਾਲੇ ਲੋਕ ਹੁੰਦੇ ਆ ਸਤਾ ਉਹਨਾਂ ਦੀ ਹੁੰਦੀ ਆ ਸਰਪੰਚ ਤੇ ਕਿਸੇ ਨੂੰ ਵੀ ਬਣਾ ਦਿਓ ਕੋਈ ਗੱਲ ਨਹੀਂ ਐਡੀ ਹੁੰਦੀ ਪਰ ਸਤਾ ਕਿਹਦੀ ਹੁੰਦੀ ਆ ਸਤਾ ਵਸੀਲੇ ਆਲਿਆਂ ਦੀ ਹੁੰਦੀ ਆ ਇਸ ਕਰਕੇ ਇਸ ਦੇਸ਼ ਦੇ ਵਿੱਚ ਜਿਹੜੀ ਵਸੀਲਿਆਂ ਦੀ ਕਾਣੀ ਵੰਡਿਆ ਉਹ ਬਦਲਣ ਦੀ ਲੋੜ ਆ ਇੱਥੇ ਹਰੇਕ ਬੰਦੇ ਕੋਲ ਵਸੀਲੇ ਬਰਾਬਰ ਦੇ ਕਿਉਂ ਨਾ ਹੋਣ ਜੋ ਕੁਦਰਤ ਦੇ ਵਿੱਚ ਆਏ ਆ ਭਾਰਤ ਦੀ ਧਰਤੀ ਦੇ ਉੱਤੇ ਮੰਨ ਲਓ ਜੀ 135 ਕਰੋੜ ਲੋਕ ਆ ਇਸ 135 ਕਰੋੜੀ ਰੁਪਈਆ ਆ ਉਹਦੇ ਚ ਇੱਕ ਰੁਪਈਆ ਮੇਰਾ ਹਿੱਸਾ ਆਉਂਦਾ ਆ ਉਹ ਕਿੱਥੇ ਆ ਤੇ ਜੇ ਦੂਜੇ ਦੇ ਕੋਲ ਕਰੋੜ ਰੁਪਈਆ ਇਕੱਠਾ ਹੋ ਗਿਆ ਤੇ ਮੇਰੇ ਵਾਲਾ ਰੁਪਈਆ ਰੁਪਈਆ ਤੇ ਨਹੀਂ ਰਿਹਾ ਹੋਊਗਾ ਫਿਰ ਉਹ ਤਾਂ ਘਟ ਗਿਆ ਇਹ ਸਿਸਟਮ ਦੀ ਇੱਕ ਪ੍ਰੋਬਲਮ ਹੈਗੀ ਕਿ ਇੱਥੇ ਜਿਹੜੇ ਵਸੀਲੇ ਆ ਕੁਝ ਲੋਕਾਂ ਦੇ ਹੱਥਾਂ ਤੇ ਕੇਂਦਰਿਤ ਹੋਈ ਜਾ ਰਿਹਾ ਆ ਇਕੱਠੇ ਹੋਈ ਜਾ ਰਿਹਾ ਆ ਸਿਸਟਮ ਉਹਨੂੰ ਸਪੋਰਟ ਕਰੀ ਜਾ ਰਿਹਾ ਆ ਤੇ ਜੇ ਇਦਾਂ ਸਿਸਟਮ ਚੱਲਦਾ ਰਿਹਾ ਤੇ ਇਹ ਤਾਂ ਠੀਕ ਨਹੀਂ ਹੈਗਾ ਹੈਰਾਨੀ ਸੀ ਤੁਸੀਂ ਸੁਣੋਗੇ ਹੈਰਾਨ ਹੋਮੋਗੇ ਇਹ ਪੈਂਫਲਟ ਆ ਜਿਹਦੇ ਵਿੱਚ ਹੈਗਾ ਕਿ ਵੀਰੋ ਪੈਣੋ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕਰੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੋ ਪਿੰਡਾਂ ਦੇ ਵਿੱਚ ਵੰਡਣ ਗਏ ਕਈ ਪਿੰਡਾਂ 'ਚ ਜਦੋਂ ਅਸੀਂ ਕਿਸਾਨ ਪਰਿਵਾਰਾਂ ਵਾਲੇ ਪਾਸੇ ਜਿਨ੍ਹਾਂ ਨੂੰ ਆਮ ਕਰਕੇ ਜਾਤੀ ਨਾਮ ਤੇ ਜੱਟ ਪਰਿਵਾਰ ਕਿਹਾ ਜਾਂਦਾ ਆ ਜਦੋਂ ਉਹਨਾਂ ਘਰਾਂ ਦੇ ਅੰਦਰ ਗਏ ਪੰਜ ਘਰਾਂ ਤੋਂ ਬਾਅਦ ਇੱਕ ਘਰ ਵਸਦਾ ਚਾਰ ਧਰਾਂ ਤੇ ਜਿੰਦੇ ਹੀ ਆ ਜਾਂ ਦਸਾਂ ਘਰਾਂ ਤੇ ਵੀ ਇਦਾਂ ਵੀ ਲੱਗਾ ਕਿ ਕੁਝ ਗਲੀਆਂ ਹੀ ਬੰਦ ਵਾ ਬੂਹੇ ਮਾਰ ਕੇ ਲੋਕ ਇੱਥੋਂ ਚਲੇ ਗਏ ਇੱਕ ਸਵਾਲ ਆ ਮੇਰਾ ਕਿ ਲੋਕ ਇੱਥੋਂ ਉਜੜ ਕੇ ਕਿਉਂ ਚਲੇ ਗਏ ਵਿਚਾਰੇ ਕੀ ਕੈਨੇਡਾ ਵਾਲੇ ਵੀ ਤੁਹਾਡੇ ਇੱਥੇ ਫਾਰਮਾਂ ਦੇ ਵਿੱਚ ਕੰਮ ਕਰਨਾ ਹੁੰਦੇ ਤੁਹਾਡੇ ਤੁਹਾਡਾ ਪਿੰਡ ਗੁੜਾਇਆ ਤੁਹਾਡੇ ਕਿਹੜੇ ਕਿਸਾਨ ਦੇ ਫਾਰਮਾਂ ਦੇ ਵਿੱਚ ਜਾ ਕੇ ਕੋਈ ਕੈਨੇਡਾ ਚੋਂ ਆਇਆ ਹੋਇਆ ਅੰਗਰੇਜ਼ ਵੀਰ ਜਿਹੜਾ ਇੱਥੇ ਨੌਕਰ ਕਈ ਕੋਈ ਚਲਾ ਰਿਹਾ ਹੋਵੇ ਜਾਂ ਕਿਸ ਕੋਈ ਨਹੀਂ ਹੈ ਕਿਸੇ ਦੁਕਾਨ ਤੇ ਲੱਗਾ ਹੋਇਆ ਹੋਵੇ ਤੇ ਇੱਥੋਂ ਦੇਆਂ ਨੂੰ ਹੀ ਉਜੜ ਕੇ ਜਾਣਾ ਕਿਉਂ ਪੈ ਗਿਆ ਕਿਉਂ ਇੱਥੋਂ ਪ੍ਰਵਾਸ ਕਰਨਾ ਪੈ ਗਿਆ ਉਹਨਾਂ ਲੋਕਾਂ ਨੂੰ ਇਹਦਾ ਮਤਲਬ ਹੈ ਕਿ ਵਿਕਾਸ ਵਾਕਾਸ ਦੇ ਐਵੇਂ ਡੰਕੇ ਜਾ ਨਾ ਮਾਰੀ ਜਾਓ ਸਾਡੇ ਨੌਜਵਾਨ ਪੀੜੀ ਗਈ ਲੋਕ ਇੱਥੋਂ ਚਲੇ ਗਏ ਤੇ ਜਦੋਂ ਮੈਂ ਉਹ ਗਰੀਬ ਘਰਾਂ ਦੇ ਅੰਦਰ ਗਏ ਇਹ ਪੈਂਫਲਟ ਵੰਡਣਾ ਨਿੱਕੀਆਂ ਨਿੱਕੀਆਂ ਗਲੀਆਂ ਬੰਦੇ ਤੇ ਬੰਦਾ ਛੋਟੇ ਛੋਟੇ ਘਰ ਕੁਰਬਲ ਕੁਰਬਲ ਬਹੁਤ ਲੋਕ ਸੀਦੇ ਇਹ ਕਿਉਂ ਨਹੀਂ ਜਾ ਸਕੇ ਕਿਉਂਕਿ ਵਸੀਲੇ ਨਹੀਂ ਤੇ ਇਹ ਇਹ ਮਜਬੂਰ ਇਹ ਵੀ ਨੇ ਮਜਬੂਰ ਆ ਇਹ ਮਜਬੂਰ ਆ ਇੰਨਾ ਚੋ ਵੀ ਜੀਰੇ ਕੋਈ ਵਸੀਲਾ ਦੋਰੇ ਮਜਬੂਰ ਆ ਇੱਥੇ ਤੰਗੀਆਂ ਤਰਸ਼ੀਆਂ ਚ ਗੁਜ਼ਰ ਰਹੇ ਨੇ ਤੇ ਬਾਹਰ ਜਾਣ ਚੁਗੀ ਹਿੰਮਤ ਹੈ ਨਹੀਂ ਹਿੰਮਤ ਹੈ ਨਹੀਂ ਕਿ ਬਸ ਇੱਥੇ ਖੜਾ ਇੱਥੇ ਗੱਲ ਖੜੀ ਆ ਅੱਜ ਵੀਰ ਜੀ ਬੜਾ ਦੇਖੋਗੇ ਤੁਸੀਂ ਲੋਕਾਂ ਕੋ ਇਲਾਜ ਲਈ ਪੈਸਾ ਨਹੀਂ ਹੈਗਾ ਤੁਸੀਂ ਇੱਕ ਕਾਰਡ ਬਣਾ ਕੇ ਦੇ ਦਿਓ ਦੋ ਕਾਰਡ ਬਣਾ ਕੇ ਦੇ ਦਿਓ ਵਿਚਾਇ ਕਿਸੇ ਵੀ ਨਾਮ ਦੇ ਉੱਤੇ ਇਹਨਾਂ ਨੂੰ ਬੀਮਾ ਕਾਰਡ ਕਹਿ ਦਿਓ ਹੈਲਥ ਬੀਮਾ ਕਾਰਡ ਕਹਿ ਦਿਓ ਕੁਛ ਵੀ ਕੋ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਤੁਹਾਨੂੰ ਇਸ ਦੇਸ਼ ਦੇ ਵਿੱਚ ਜੰਮਿਆ ਹੋਇਆ ਵਿਅਕਤੀ ਬਿਨ ਲਾਜੋਂ ਕਿਉਂ ਮਰੂਗਾ ਜੇ ਬਿਨ ਲਾਜੋਂ ਮਰ ਰਿਹਾ ਹੈ ਤੇ ਮੈਂ ਸ਼ਰਮਸਾਰ ਮੈਂ ਸ਼ਰਮਸਾਰ ਕਿ ਮੇਰੇ ਦੇਸ਼ ਦੇ ਵਿੱਚ ਕੋਈ ਵਿਅਕਤੀ ਬਿਨ ਲਾਜੋਂ ਮਰ ਗਿਆ ਮੇਰੇ ਦੇਸ਼ ਦਾ ਪੜਿਆ ਲਿਖਿਆ ਕੁਆਲੀਫਾਈਡ ਪਰਸਨ ਬੀ ਟੈਕ ਐਮ ਟੈਕ ਐਮ ਬੀਬੀਐਸ ਬੀ ਡੀ ਐਸ phd ਉਹ ਬੰਦਾ ਬੇਰਜਗਾਰ ਤੁਰਿਆ ਫਿਰੇ ਤੇ ਮੈਨੂੰ ਸ਼ਰਮ ਨਾ ਆਵੇ ਮੈਂ ਨਹੀਂ ਕਹੂੰਗਾ ਜੇ ਹਾਕਮ ਨੂੰ ਨਹੀਂ ਆਉਂਦੀ ਨਾ ਸਹੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੇਰੇ ਦੇਸ਼ ਦਾ ਇੱਕ ਨੌਜਵਾਨ ਪੜਿਆ ਲਿਖਿਆ ਉਹ ਐ ਕਿਉਂ ਜਾਵੇ ਇਹ ਨਹੀਂ ਬਾਜੇਗਾ ਇਹ ਜੈਜ ਨਹੀਂ ਹੈਗਾ ਇਹ ਹਾਕਮ ਨੂੰ ਜਵਾਬ ਦੇਣਾ ਹੀ ਪਊਗਾ ਪਰ ਦਊਗਾ ਤਾਂ ਦੋ ਜੇ ਲੋਕ ਚੇਤਨ ਹੋਣਗੇ ਲੋਕ ਗੱਲ ਕਰਨ ਜਿਹੜਾ ਵੀ ਤੁਹਾਡੇ ਕੋ ਹੁੰਦਾ ਤੁਹਾਡਾ ਕੰਮ ਕੀ ਨੂੰ ਵੋਟ ਪਾਉਣੀ ਕਿ ਨੂੰ ਨਹੀਂ ਪਾਉਣੀ ਪਾਉਣੀ ਜਾਂ ਨਹੀਂ ਪਾਉਣੀ ਇਹ ਵੀ ਸੋਚਣ ਦਾ ਸਵਾਲ ਹੈ ਨਾ ਪਾਵਾ ਕਾ ਨਾ ਹੀ ਪਾਵਾ ਮੈਂ ਕਿਉਂਕਿ ਲੋਕ ਦੇਖੋ 65% ਵੋਟਾਂ ਪੈਂਦੀਆਂ ਹੁੰਦੀਆਂ 35% ਲੋਕ ਵੋਟਾਂ ਨਹੀਂ ਪਾਉਂਦੇ ਕਿਉਂਕਿ ਯਕੀਨ ਉੱਠ ਗਿਆ ਤੇ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਕਿਨੂੰ ਪਾਉਣੀ ਜਾਂ ਨਹੀਂ ਪਾਉਣੀ ਇਹ ਤੁਹਾਡਾ ਕੰਮ ਆ ਪਰ ਕੀ ਆਏ ਨੂੰ ਤੁਸੀਂ ਇਹ ਪੁੱਛ ਸਕਦੇ ਆ ਕਿ ਭਾਈ ਸਾਹਿਬ ਕੀ ਕੀਤਾ ਅਜ ਤੱਕ ਦੱਸੋ ਸਾਨੂੰ ਸਾਡੇ ਲਈ ਕੀ ਕੀਤਾ ਅਸੀਂ ਅੱਜ ਵੀ ਦੋ-ਦੋ ਮਰਲਿਆਂ ਦੇ ਵਿੱਚ ਰਹਿ ਰਹੇ ਆ ਕੋਠੇ ਤੇ ਕੋਠਾ ਪਾ ਕੇ ਵੱਡਾ ਨਿਆਣਾ ਦੋ ਨਿਆਣਿਆਂ ਤੇ ਇੱਕ ਕੋਠੇ ਤੇ ਚੜਿਆ ਹੋਇਆ ਆ ਕਿੱਦਾਂ ਜਾਇਆ ਜੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਇਥੋਂ ਜਿਹੜੀ ਪੱਲੀ ਆ ਬਗਲ ਦੇ ਵਿੱਚ ਦਿੱਤੀ ਤੇ ਦਾਤੀ ਦੇ ਕੇ ਬੰਦਾ ਜਾ ਰਿਹਾ ਹੋਵੇ ਇੱਕ ਵੀ ਸਦੀ ਕੰਪਿਊਟਰ ਦੀ ਸਦੀ ਉਹ ਗਿਆਨ ਦੀ ਸਦੀ ਕਹਿ ਕੇ ਤੇ ਅੱਜ ਵੀ ਜੇ ਜਦੋਂ ਪੰਜਾਬ ਨੂੰ ਵਿਕਸਿਤ ਕਹਿ ਰਹੇ ਆ ਨਹੀਂ ਦੇਖੋ ਮੈਨੂੰ ਇਹ ਲੱਗਦਾ ਕਿ ਅੱਜ ਦੇ ਸਮੇਂ 'ਚ ਦੇਸ਼ ਭਗਤੀ ਕਹਿ ਲਓ ਉਹਨੂੰ ਲੋਕ ਭਗਤੀ ਕਹਿ ਲਓ ਇਸੇ ਗੱਲ ਨੂੰ ਕਿਹਾ ਜਾ ਸਕਦਾ ਕਿ ਇਹ ਵਿਵਸਥਾ ਬਦਲੋ ਜਿਹੜੀ ਵਿਵਸਥਾ ਕ੍ਰਸ਼ ਕਰਦੀ ਜਾ ਰਹੀ ਬਦਲੋ ਹਾਕਮ ਥੋੜੀ ਸੰਕਰਨ ਇਹ ਵੋਟਾਂ ਵਾਟਾਂ ਲੈ ਕੇ ਜਾਣ ਦੀ ਗੱਲ ਨਾ ਕੱਲੀ ਕਰਨ ਲੋਕਾਂ ਨੂੰ ਨਿਆਂ ਦੇਣਾ ਪਊਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਵੀ ਪੈਨਸ਼ਨਾਂ ਤੇ 5-5 ਮਿਲ ਜਾਂਦੀਆਂ ਇੱਥੇ ਸਤਾਜ ਰਹਿਣ ਵਾਲਿਆਂ ਨੂੰ ਤੇ ਦੂਜਾ 8000 ਤੇ 10000 ਤੇ ਲੱਗਾ ਤੇ ਇਦਾਂ ਦੇ ਵੀ ਮੁਲਾਜ਼ਮਾ ਜਿਹੜਾ ਵਿਚਾਰਿਆਂ ਦੀ ਪੈਨਸ਼ਨ ਹੀ ਹੈ ਨਹੀਂ ਹੁਣ ਤੇ ਬਹੁਤ ਸਾਰੇ ਬੇਰੁਜ਼ਗਾਰ ਹੀ ਐ ਨੌਕਰੀਆਂ ਖਤਮ ਤੇ ਇਹ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਤਾ ਤੇ ਬੈਠੇ ਲੋਕ ਜਿਉ ਨਹੀਂ ਸੋਚ ਰਹੇ ਇਹ ਗੱਲ ਇਹ ਦਾ ਮਤਲਬ ਐਵੇਂ ਨਹੀਂ ਵੀ ਉਹਨਾਂ ਦੇ ਦਿਮਾਗੋ ਚਲੇ ਕੀ ਗੱਲ ਉਹ ਸੋਚ ਨਹੀਂ ਰਿਹਾ ਉਹਨਾਂ ਨੇ ਸੋਚਣਾ ਹੀ ਨਹੀਂ ਹੈਗਾ ਉਹਨਾਂ ਦੀ ਲੋੜ ਹੀ ਨਹੀਂ ਹੈਗੀ ਕਿ ਉਹ ਸੋਚਣ ਇਹ ਲੋੜ ਕਿੰਨਾ ਦੀ ਹੈ ਲੋੜ ਤਾਂ ਕਿਰਤੀਆਂ ਦੀ ਹੈ ਨਾ ਅਸੀਂ ਕੋਈ ਵੋਟਾਂ ਪਾਉਣ ਵਾਲੀ ਤੇ ਕੱਲੇ ਹੈ ਨਹੀਂ ਕਿ 5 ਸਾਲ ਆਏ ਤੇ ਵੋਟ ਪਾਈ ਤੇ ਤੂੰ ਸਰਕਾਰ ਬਣਾ ਲਈ ਨਹੀਂ ਆਪਣੇ ਘਰੇ ਜਾ ਕੇ ਬਹਿ ਗਏ ਕਿੰਨੀ ਦੇਰ ਚਲਾਵਾਂਗੇ ਮੈਂ ਵੀ ਉਦੋਂ 18 ਸਾਲ ਦਾ ਹੀ ਜਦੋਂ ਮੈਨੂੰ ਇਹ ਚੇਟਕ ਲੱਗੀ ਸੀ ਨੌਕਰੀ ਮਿਲ ਗਈ ਵੱਖਰੀ ਗੱਲ ਆ ਇਹ ਕੋਈ ਮੇਰੀ ਕੋਈ ਖਾਸੀਅਤ ਨਹੀਂ ਵੀ ਮੈਂ ਬੜਾ ਸਿਆਣਾ ਸੀ ਬੜਾ ਜੀ ਪੜ ਗਿਆ ਠੀਕ ਆ ਮਾਪੇ ਮੇਰਾ ਦਿਹਾੜੀਦਾਰ ਮਾਪੇ ਸੀਦਾ ਲੇਬਰ ਕਰਦੇ ਨੌਕਰ ਸੀ ਕਿਸੇ ਦੇ ਲੱਗੇ ਹੋਏ ਬਾਪ ਮੇਰਾ ਪੱਕਾ ਥੜੀ ਪਰ ਮੇਰੇ ਪੱਕਾ ਜੀ ਕਹਿੰਨਾ ਕਿ ਮੇਰੇ ਬਾਪਰ ਦਾ ਬੁੱਧੀਮਾਨ ਬੰਦਾ ਜਿਹੜਾ ਉਸ ਜਮਾਨੇ ਦੇ ਵਿੱਚ ਵੀ ਜਿਹੜੇ ਅੱਜ ਕਰੋਨਾ ਤੋਂ ਇਦਾ ਇਦਾ ਹੱਥ ਧੋਣ ਦੀ ਗੱਲ ਕਹਿੰਦੇ ਉਸ ਜਮਾਨੇ 'ਚ ਵੀ ਹੱਥ ਧੋਂਦਾ ਹੁੰਦਾ ਸੀ ਇਦਾਂ ਹੀ ਉਹਨੇ ਕਹਿਣਾ ਕਿ ਪੁੱਤ ਪੜੋ ਪੜਨਾ ਚਾਹੀਦਾ ਪੜ ਕੇ ਜੀਵਨ ਬਦਲਦੀ ਤੇ ਮੈਂ ਵੀ ਕਹੂੰਗਾ ਲੋਕਾਂ ਨੂੰ ਕਿ ਪੜੋ ਜਰ ਅਕੈਡਮਿਕ ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਪਰ ਉਹਦੇ ਨਾਲ ਚੇਤਨ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਬੀਏ ਐਮਏ ਕਰ ਲਈ ਆ ਤੁਹਾਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਯਾਰ ਇਹ ਸਤਾ ਕੀ ਹੈ ਇਹ ਗਰੀਬੀ ਕਿਉਂ ਆ ਮੈਂ ਇੱਕ ਬੰਦੇ ਨੂੰ ਪੁੱਛਿਆ ਮੇਰੇ ਕੋ ਨੌਕਰੀ ਦਰਾਂ ਸਾਈਨ ਕਰਾਉਣ ਆਇਆ ਨੌਕਰੀ ਦਰਾਂ ਸਾਈਨ ਕਰਾਉਣ ਆਇਆ ਉਹਨੇ ਮੈਂ ਪੁੱਛਿਆ ਵੀ ਜ਼ਮੀਨ ਕਿੰਨੀ ਆ ਉਹਨੇ ਉਹ ਹੀ ਕਹਿਤਾ ਐਸੀ ਆ ਫਿਰ ਕਹਿੰਦਾ ਮੈਂ ਪੁੱਛਿਆ ਜ਼ਮੀਨ ਕਿੰਨੀ ਆ ਕਹਿੰਦਾ ਐਸੀ ਆ ਮੈਂ ਕਮਾਲ ਕਰਤੀ ਯਾਰ ਮੈਂ ਤੇਰੀ ਜਾਤ ਕੌਣ ਪੁੱਛ ਰਿਹਾ ਸੀ ਸਿਰ ਤੇ ਮੈਂ ਉਹਨੂੰ ਕਹਿੰਦਾ ਵੀ ਸਾਡੀ ਜ਼ਮੀਨ ਹੈ ਨਹੀਂ ਮੈਂ ਕਿਉਂ ਨਹੀਂ ਹੈਗੀ ਬਾਪੀ ਹੈਗੀ ਇਦਾਂ ਨਹੀਂ ਦਾਦੇ ਦੀ ਹੈਗੀ ਸੀ ਕਹਿੰਦਾ ਨਹੀਂ ਪੜਦਾਦੇ ਦੀ ਹੈਗੀ ਸੀ ਕਹਿੰਦਾ ਨਹੀਂ ਮੈਂ ਕਿਉਂ ਨਹੀਂ ਹੈਗੀ ਤੇਰੇ ਮੈਂ ਸਾਈਨ ਨਹੀਂ ਕਰਨੇ ਹੱਸਦਾ ਹੀ ਮੈਂ ਉਹਦੇ ਨਾਲ ਮੈਨੇ ਤੇ ਰਿਸਾਈਨ ਕਰਨੇ ਇਸ ਸਵਾਲ ਦਾ ਜਵਾਬ ਲੈ ਕੇ ਆ ਉਹ ਦਰਵਾਜੇ ਤੋਂ ਬਾਹਰ ਲਾਉਣ ਦਾ ਗਿਆ ਤੇ ਮੈਂ ਉਹਨਾਂ ਕਿਹਾ ਪੁੱਤ ਗੱਲ ਸੁਣ ਮੇਰੀ ਮੈਂ ਤੇ ਤੇਰੇ ਨਾਲ ਵੈਸੇ ਹੀ ਕਰ ਰਿਹਾ ਸੀ ਕਿ ਉਹ ਸਵਾਲ ਜਿਹਦੇ ਤੋਂ ਅਸੀਂ ਤੰਗ ਆਏ ਹੋਏ ਆ ਉਹ ਸਵਾਲ ਹੀ ਨੇ ਜਿਹਨ ਚ ਆ ਰਿਹਾ ਆਪਣੇ ਅੱਜ ਉਹ ਸਵਾਲ ਖੜਾ ਕਰਨਾ ਸਿੱਖੋ ਜੇ ਗਰੀਬੀ ਆ ਤਾਂ ਕਿਉਂ ਆ ਬੇਰੋਜ਼ਗਾਰੀ ਆ ਤੇ ਕਿਉਂ ਵਾ? અપਮਾਨ ਆ ਤੇ ਕਿਉਂ ਵਾ? ਇਹ ਜਦੋਂ ਤੁਸੀਂ ਸਵਾਲ ਖੜਾ ਕਰੋਗੇ ਫਿਰ ਜਵਾਬ ਵੀ ਲਬੜਾਂਗੇ। ਤੇ ਜਵਾਬ ਤਾਂ ਬੜਾ ਸੁੱਖਾ ਹੀ ਆ। ਕੌਣ ਆ ਜ਼ਿੰਮੇਵਾਰ ਉਹਦੇ ਜੀ ਦੱਸੋ। ਅੱਜ ਕਿਸਾਨ ਅੰਦੋਲਨ ਦੇ ਵਿੱਚ ਲੋਕ ਉਥੇ 6 ਮਹੀਨਿਆਂ ਤੋਂ ਬਿਠੇ ਬਾਰਡਰ ਕਿਹੜੀ ਤੇ ਸਤਾ ਪੁੱਛੇ ਹੋ ਨਾ। ਸਤਾ ਕਹਿੰਦੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਹੁਣ। ਇੱਕ ਇੱਕ ਗੱਲ ਹੁੰਦੀ ਆ ਕਿ ਤੁਸੀਂ ਠੀਕ ਆ ਜੀ ਕਾਨੂੰਨ ਅਸੀਂ ਜਾਓ ਤੇ ਕਰੋਨਾ ਚੱਲ ਰਿਹਾ ਤਾਂ ਬਾਅਦ ਦੇ ਵਿੱਚ ਤੁਸੀਂ ਆਉ ਜਾਓ। ਨਹੀਂ। ਕਰੋਨਾ ਚੱਲ ਰਿਹਾ ਬਿਮਾਰੀ ਦਾ ਦੌਰ ਆ। ਹਾਕਮ ਜ਼ਿੰਮੇਵਾਰ ਤੋ ਕਬੇ ਕਾਨੂੰਨ ਲਾ ਲੈ ਵਾਪਸ ਠੀਕ ਆ ਆਪਣਾ ਲਾ ਲੈ ਕਾਨੂੰਨ ਮੈਂ ਬੜਾ ਜ਼ਿੰਮੇਵਾਰ ਆ ਕਰੋਨਾ ਚੱਲ ਰਿਹਾ ਇਸ ਕਰਕੇ ਕਾਨੂੰਨ ਵਾਪਸ ਆ ਜਾਓ ਭਾਈ ਆਪਣੀ ਬੱਚ ਦੇਖੋਗੇ ਕੋਈ ਗੱਲ ਨਹੀਂ ਵਿਚਾਰਾਂ ਕੇ ਮਰ ਰੜ ਪਰ ਵਿਚਾਰਾਂ ਦੇ ਬਿਲਕੁਲ ਜਿਵੇਂ ਤੁਸੀਂ ਵਿਚਾਰਾਂ ਕੀਤੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਲੋਕ ਕਿੱਥੇ ਜਾਣ ਲੋਕ ਜਾਗਰਕ ਨਹੀਂ ਹੈਗੇ ਸਰਕਾਰਾਂ ਚਲਾਉਣ ਵਾਲਿਆਂ ਦਾ ਸੂਤ ਆਇਆ ਹੈ ਸੂਤ ਆਇਆ ਜਾਂ ਕਸੂਤ ਆਇਆ ਹੈ ਉਹ ਆਪਣਾ ਡੰਗਾ ਵਜਾਈ ਜਾ ਰਹੇ ਨੇ ਲੋਕ ਜਿਹੜੇ ਆ ਉਹਨਾਂ ਨੂੰ ਦਬੋਚ ਹੀ ਇੰਨਾ ਦਿੱਤਾ ਮਾਰ ਹੀ ਇੰਨਾ ਦਿੱਤਾ ਉਹਨਾਂ ਨੂੰ ਗਰੀਬ ਹੀ ਇੰਨਾ ਕਰ ਦਿੱਤਾ ਲੋਕ ਰੋਟੀ ਤੋਂ ਮਹਤਾਜ ਨੇ ਜਾਂ ਇਹ ਕਹਿ ਲਈਏ ਕਿ ਆਟੇਦਾਲੇ ਆਟਾ ਦਾਲ ਸਕੀਮ ਜਿ ਛੋਟੀਆਂ ਛੋਟੀਆਂ ਸਕੀਮਾਂ ਦੇ ਵਿੱਚ ਉਲਝਾ ਕੇ ਰੱਖ ਲਿਆ ਜਾਂ ਮੁਫਤ ਵਿੱਚ ਉਲਝਾ ਕੇ ਰੱਖ ਲਿਆ ਇਹਦੇ ਕਰਕੇ ਲੋਕ ਗੁਲਾਮ ਹੋ ਕੇ ਉਹਨਾਂ ਲੀਡਰਾਂ ਦੇ ਮਗਰ ਲੱਗੇ ਹੋਏ ਨੇ ਤੇ ਲੋਕ ਹੁਣ ਕਿੱਥੇ ਜਾਣ ਕਿਵੇਂ ਅਵੇਅਰ ਹੋਣ ਤੁਸੀਂ ਇਹਦੇ ਲਈ ਕੀ ਕਹਿਣਾ ਚਾਹੋਗੇ ਮੈਂ ਇਹਦੇ ਲਈ ਇਹ ਕਹਿਣਾ ਚਾਹੁੰਨਾ ਜੋ ਕਈ ਵਾਰੀ ਗੱਲ ਕਰਦੇ ਆ ਲੋਕਾਂ 'ਚ ਜਾ ਕੇ ਕਿ ਤੁਹਾਨੂੰ ਇਸ ਕਿਸਾਨ ਅੰਦੋਲਨ ਦੀ ਸਪੋਰਟ 'ਚ ਦਲਤਾਂ ਨੂੰ ਜਾਣਾ ਚਾਹੀਦਾ ਤੇ ਜਾਤੀ ਉਤਪੀੜਨ ਚੱਲ ਰਹਾ ਹੈ ਲੋਕਾਂ ਨੂੰ ਇਸ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਕਈ ਪੁੱਛਦੇ ਕਿਉਂ ਕਰਨੀ ਚਾਹੀਦੀ ਹੈ ਤੇ ਮੇਰਾ ਇੱਕ ਸਵਾਲ ਹੁੰਦਾ ਅੱਗੇ ਕਿ ਅੰਦੋਲਨ ਨੂੰ ਜਿੰਨਾ ਬਹੁਤ ਜ਼ਰੂਰੀ ਤੇ ਇਹਦੇ ਤੋਂ ਬਾਅਦ ਇੱਕ ਵੱਡਾ ਅੰਦੋਲਨ ਹੋਰ ਲੜਿਆ ਜਾਣਾ ਆ ਜੀ ਜਿਹੜਾ ਇਕੁਐਲਿਟੀ ਦਾ ਅੰਦੋਲਨ ਆ ਬਰਾਬਰਤਾ ਦਾ ਅੰਦੋਲਨ ਆ ਇਹ ਵਿਵਸਥਾ ਬਦਲ ਦੇਣ ਦਾ ਅੰਦੋਲਨ ਆ ਉਹ ਲੜਿਆ ਜਾਣਾ ਅੰਦੋਲਨ ਇਹਨੂੰ ਜਿੱਤਾਂਗੇ ਅਗਲੇ ਅੰਦੋਲਨ ਨੂੰ ਆਹੀ ਲੜਾਂਗੇ ਕਿ ਲੋਕ ਕਹਿੰਦੇ ਯਾਰ ਇਹ ਤੇ ਜਿਹੜੇ ਦਲਤਾਂ ਦੀ ਗੱਲ ਕਰਦੇ ਉਹ ਗਰੀਬ ਲੋਕ ਆ ਉਹ ਰੋਟੀ ਪਾਣੀ ਦੇ ਚੱਕਰ 'ਚ ਤੁਰੇ ਰਹਿੰਦੇ ਆ ਤੇ ਮੈਂ ਕਹਿਆ ਫੇ ਇਹ ਲੜਾਈ ਕਿਹਦੀ ਲੋੜ ਆ ਦਿਨ ਕੌਣ ਬਦਲਨੇ ਚਾਹੁੰਦਾ ਜਿਹੜਾ ਆਪਣੇ ਦਿਨ ਬਦਲਨੇ ਚਾਹੁੰਦਾ ਉਹਨੂੰ ਲੜਨਾ ਹੀ ਪੈਣਾ ਆ ਤੁਸੀਂ ਇਹ ਕਹੋ ਜੀ ਦਿਨ ਮੇਰੇ ਮੇਰੇ ਜਸਵਿੰਦਰ ਦੇ ਬਦਲ ਹੋਣ ਲੜਨ ਦੇ ਇਹ ਲੋਕ ਐ ਕਿਦਾਂ ਹੋ ਜੂਗਾ ਉਹਨੂੰ ਲੜਨਾ ਵੀ ਤੈਨੂੰ ਪੈਣਾ ਉਹ ਤੈਨੂੰ ਹੀ ਪਤਾ ਕਿ ਕਿਦਾਂ ਲੜਨ ਦੀ ਲੋੜ ਆ ਇਹਨਾਂ ਨੂੰ ਨਹੀਂ ਪਤਾ ਉਹ ਤੇ ਮੈਂ ਪੁੱਛਦਾ ਗੁੜਾ ਜੀ ਕਿ ਪੱਲੀ ਵਾਲੀ ਦਾ ਦਰਦ ਪੱਲੀ ਵਾਲੀ ਦਾ ਖੇਤਾਂ ਵਿੱਚ ਘਾਹ ਖੋਦਦੀ ਬੀਬੀ ਦਾ ਦਰਦ ਕਿਸਾਨ ਜਾਣਦਾ ਦਲਤਾਂ ਦਾ ਨੌਕਰੀ ਕਰਨ ਵਾਲਾ ਬੰਦਾ ਜਿਹੜਾ ਉਹਦੇ ਦਰਦ ਨੂੰ ਜਾਣਦਾ ਆ ਉਹਦੇ ਦਰਦ ਨੂੰ ਉਹ ਨਹੀਂ ਜਾਣਦਾ ਉਹ ਜਾਣਦੀ ਆ ਨਾ 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 ਬਹੁਤ سارے ਅਸੀ ਲੋਕ ਵੀ ਆ ਜੀ ਜਿਹੜੇ ਜੋਬ ਤੇ ਗਏ ਡਾਕਟਰ ਸਾਹਿਬ ਨੇ ਕੀਤੀ ਮਿਹਨਤ ਨਾਲ ਦਰਦ ਨਾਲ ਬਹੁਤ ਸਾਰੇ ਇਹਨਾਂ ਲੋਕਾਂ ਦੀ ਜੂਨ ਬਦਲੀ ਆ ਗਲਤਾਂ ਦੀ ਬਹੁਤ ਸਾਰੇ ਤੇ ਮੇਰਾ ਸ਼ਬਦ ਗਲਤ ਹੈਗਾ ਬਹੁਤ ਥੋੜਿਆਂ ਜਿਹਿਆਂ ਦੀ ਬਦਲੀ ਆ ਤੇ ਜਿਹੜੀ ਥੋੜਿਆਂ ਜਿਹਿਆਂ ਦੀ ਬਦਲੀ ਆ ਨਾ ਉਹ ਬੜੀ ਅਜੀਬ ਸਥਿਤੀ ਬਣ ਗਈ ਉਸ ਧੀਏ ਬਣ ਗਈ ਵੀ ਉਹ ਮੇਰੇ ਅੱਗੇ ਲੋਕ ਜਾ ਕੇ ਨੌਕਰੀ ਨਾਖਰੀ ਕੀਤੀ ਪੈਸੇ ਪੂਹੇ ਕਮਾਏ ਤੇ ਜਾ ਕੇ ਆਪਣੇ ਘਰ ਚ ਮਸਤੀ ਕੀਤੀ ਕੋ ਗੱਡੀ ਮੋਟਰਸਾਈਕਲ ਲਿਆ ਕਾਰ ਲਈ ਕੋਠੀ ਪਾਈ ਤੇ ਉਹਦੇ ਅੰਦਰ ਮਸਤਾਂ ਤੇ ਮੈਂ ਇਹ ਕਹ ਰਿਹਾ ਮੇਰੀ ਅਕਲ ਸੀ ਜੀ ਮੇਰੀ ਅਕਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਇਹ ਇਹ ਬਦਲ ਗਿਆ ਆ ਤੇ ਫਿਰ ਜੋ ਆਗੂ ਬਣਦਾ ਉਹ ਦਲਤਾਂ ਦਾ ਉਹ ਪੱਲੀ ਵਾਲਿਆਂ ਦਾ ਆਗੂ ਬਣ ਨਹੀਂ ਬਣ ਸਕਦਾ ਉਹ ਪੱਲੀ ਵਾਲਿਆਂ ਨੂੰ ਖੁਦ ਹੀ ਆਗੂ ਬਣ ਕੇ ਇਹਨਾਂ ਚੇਤਨ ਹੋਣਾ ਹੋਊਗਾ ਕਿ ਉਹਨਾਂ ਨੂੰ ਖੁਦ ਹੀ ਅੱਗੇ ਤੁਰਨਾ ਪਊਗਾ ਨਹੀਂ ਤੇ ਲੰਮਾ ਹਰਸਾ ਹੀ ਹੋਰ ਵੇਚਦੇ ਰਹਿਵਾਂਗੇ ਸਾਨੂੰ ਲੋਕ ਵੇਚਦੇ ਰਹਿਣਗੇ ਲੀਡਰ ਜਿਹੜਾ ਬਣਨਾ ਨਾ ਜੀ ਜੇ ਤਬਦੀਲੀ ਚਾਹੁੰਦੇ ਆ ਤੇ ਲੀਡਰ ਉਸ ਬੰਦੇ ਨੂੰ ਪੀੜਿਤ ਜਨਤਾ ਨੂੰ ਪੀੜਿਤ ਕਿਸਾਨਾਂ ਦੇ ਵਿੱਚੋਂ ਲੀਡਰ ਹੋਊਗਾ ਸੇਠ ਕਿਸਾਨਾਂ 20 ਕਲੇ 50 ਕਲੇ 100 ਕਲੇ ਵਾਲਾ ਲੀਡਰ ਨਹੀਂ ਚਾਹੀਦਾ ਮੈਨੂੰ ਸਾਨੂੰ ਲੀਡਰ ਉਹ ਚਾਹੀਦਾ ਕਿ ਯਾਰ ਦੋ ਚਾਰ ਸਮਾਤ ਕਿਸਾਨ ਆ ਦਰਮਿਆਨਾ ਕਿਸਾਨ ਆ ਉਹ ਲੀਡਰਸ਼ਿਪ ਚ ਆਵੇ ਦਲਤਾਂ ਦੇ ਵਿੱਚੋਂ ਜਿਹੜਾ ਮਜ਼ਦੂਰ ਤਬਕਾ ਆ ਉਹ ਅੱਗੇ ਆਵੇ ਉਹ ਲੜਾਈ ਲੜੂਗਾ ਉਹ ਹੁਣ ਜਿਹੜਾ ਦੇਖੋ ਡਰ ਬੜਾ ਹੁੰਦਾ ਹੁੰਦਾ ਹੁਕੁੰਤਦਾ ਇਹ ਲੜਾਈ ਤੁਸੀਂ ਲੈ ਆਲੇ ਲੋਕ ਹੁੰਦੇ ਉਹਨਾਂ ਨੂੰ ਸਦਾ ਡਰ ਹੁੰਦਾ ਸਾਡਾ ਵਸੀਲਾ ਇਹਨਾਂ ਖੁੱਸ ਜਵੇ ਇਸ ਕਰੀ ਕੋ ਕਿਦਾਂ ਦੇ ਨਾਲ ਤੁਸੀਂ ਲੜਾਈ ਦੀ ਗੱਲ ਕੀਤੀ ਇੱਕ ਇਹ ਲੜਾਈ ਜਿਹੜੀ ਕਿਸਾਨੀ ਅੰਦੋਲਨ ਦੀ ਲੜਾਈ ਆ ਗਰੀਬੀ ਦੀ ਲੜਾਈ ਆ ਜਾਂ ਅੱਲਾ ਤੁਹਾਡੇ ਸਮਾਜ ਦੀ ਲੜਾਈ ਆ ਇੱਕ ਲੜਾਈ 2022 ਦੇ ਵਿੱਚ ਸ਼ੁਰੂ ਹੋਣੀ ਜਿਹੜੀਆਂ ਲੜਾਈਆਂ ਪਹਿਲਾਂ ਵੀ ਲੱਗਦੀਆਂ ਆ ਰਹੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ بار بار ਲੋਕਾਂ ਨੇ ਕਦੀ ਕੇਂਦਰ ਦੀ ਸਰਕਾਰ ਬਣਾਈ ਕਦੀ ਪੰਜਾਬ ਦੀ ਸਰਕਾਰ ਬਣਾਈ ਬਣਾਉਂਦੇ ਰਹੇ ਟਾਉਂਦੇ ਰਹੇ ਬਣਾਉਂਦੇ ਰਹੇ ਟਾਉਂਦੇ ਰਹੇ ਕੁਝ ਨਹੀਂ ਤਬਦੀਲੀ ਆਨਦੀ ਦੀਦੀ ਨਹੀਂ ਗਈ ਇੱਥੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਇਸ ਆਪਣੀਆਂ ਤੰਗੀਆਂ ਤੁਰਸ਼ੀਆਂ ਕੱਟੇ ਦਿਨਾਂ ਦਾ ਭੁੱਲ ਨਾ ਜਾਇਓ ਵੀ ਉਹਨਾਂ ਨੂੰ ਵੱਡੇ ਵੱਡੇ ਸਵਾਲ ਕਰੋ ਵੀ ਸਾਡੇ ਬੱਚਿਆਂ ਦੀ ਨੌਕਰੀ ਕਿੱਥੇ ਆ ਸਾਡੇ ਬੱਚਿਆਂ ਦੇ ਰੋਜ਼ਗਾਰ ਕਿੱਥੇ ਆ ਕਿਉਂ ਵਿਦੇਸ਼ਾਂ ਨੂੰ ਜਾਣਾ ਪਿਆ ਕਿਉਂ ਅੰਦੋਲਨ ਦੇ ਵਿੱਚ ਕਿਸਾਨ ਇੰਨੇ 500 ਦੇ ਕਰੀਬ ਮਰ ਚੁੱਕੇ ਨੇ ਵੀ ਲੋਕ ਕਿਤੇ ਭੁੱਲ ਨਾ ਜਾਣ ਕੀ ਕਹਿਣਾ ਚਾਹੋਗੇ ਜਿਹੜਾ ਲੜਾਈ ਜਿਹੜੀ 2022 ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਬਣਨ ਦੇ ਲਈ ਨਵੀਂ ਆ ਰਹੀ ਆ ਜੇ ਆਪਾਂ 1947 ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਦੇਖੀ ਹੈ ਉਹ ਨੂੰ 55 ਪੰਜਾਂ ਤੇ ਵੰਡਦੇ ਜਾਓ ਤੇ ਤਾਂ ਵੀ ਜਾਨੀ 47 ਤੋਂ 5-5 ਜੋੜਦੇ ਜਾਓ ਕਿੰਨੇ ਸਰਕਾਰਾਂ ਬਣ ਜਾਣੀਆਂ ਆ 5 ਸਾਲ ਵਾਲੀਆਂ ਫਿਰ ਵਿੱਚ ਥੋੜੇ ਅਰਸੇ ਵਾਲੀਆਂ ਵੀ ਹੁੰਦੀਆਂ ਕਾਫੀ ਬਣ ਜਾਣੀਆਂ ਜੇ ਇੰਨੀਆਂ ਸਰਕਾਰਾਂ ਕੁਛ ਨਾ ਕਰ ਸਕੀਆਂ ਤੇ ਬਾਈ ਵਾਲੀ ਕੀ ਚੰਦੇ ਚੜਦੋ ਤੁਸੀਂ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਆ ਕਿ ਮੰਨ ਲਓ ਨਿਰਮਲ ਗੁੜਾ ਜੀ ਨੂੰ ਇੱਥੋਂ ਦਾ ਸੀਐਮ ਬਣਾ ਦਿੱਤਾ ਜਾਵੇ ਪੀਐਮ ਬਣਾ ਦਿੱਤਾ ਜਾਵੇ ਤੇ ਪੱਲੀ ਵਾਲੀ ਬੀਬੀ ਨੂੰ ਦੋ ਖੇ ਜਮੀਨ ਦੇ ਦਊਗਾ ਦੇ ਦੋਗੇ ਤੁਸੀਂ ਕੀ ਲਾਗੂ ਕਰਦੇ ਆ ਜੋ ਵਿਵਸਥਾ ਨੇ ਸਿਰਜਿਆ ਹੋਇਆ ਉਹਨੂੰ ਲਾਗੂ ਕਰਦੇ ਆ ਤੁਸੀਂ ਤੁਸੀਂ ਚਾਲਕ ਚੁੰਡ ਰਹੇ ਆ ਵਿਵਸਥਾ ਬਦਲ ਨਹੀਂ ਹੋਊਗੀ ਇੱਥੋਂ ਦੀ ਜਦੋਂ ਵਿਵਸਥਾ ਬਦਲੋਗੇ ਫਿਰ ਕੁਝ ਬਦਲੂਗਾ ਇੱਥੇ ਤੇ ਮੇਰੇ ਪੱਕਾ ਜੀ ਨਾ ਮੈਨੂੰ ਬਣਾ ਦਿਓ ਸੀਐਮ ਤੁਹਾਨੂੰ ਬਣਾ ਦਿਓ ਕੀ ਬਦਲੋਗੇ ਜੀ ਤੁਸੀਂ ਉਹ ਕਹਿੰਦਾ ਕਾਨੂੰਨ ਆ ਕਹਿ ਰਿਹਾ ਜੀ ਤੁਸੀਂ ਜ਼ਮੀਨ ਇਦਾਂ ਥੋੜੀ ਦੇ ਸਕਦੇ ਕਿਸੇ ਨੂੰ ਤੁਸੀਂ ਇ aantri ਬੈਂਕ ਬੈਂਕ ਤੋਂ ਕਰਜ਼ਾ ਲੈ ਲਓ ਜਾਓ ਕਰਜ਼ਾ ਲੈ ਲਿਆ ਮੈਂ ਮੈਂ ਕਈ ਬੰਦੇ ਦੇਖੇ ਉਹਨਾਂ ਦੇ ਘਰ ਵਿਚਾਰਿਆਂ ਦੇ ਉਜੜਦੇ ਦੇਖੇ ਆ ਕਰਜਾ ਲੈ ਲਿਆ 5 7 10 ਲੱਖ ਰੁਪਇਆ ਲੈ ਲਿਆ ਸਰਕਾਰ ਨੇ ਕਿਹਾ ਨਾਟਾ ਮਿੰਟਾਂ ਚ ਕਰਜਾ ਤਾਂ ਮੈਂ ਹੱਸਦਾ ਹੁੰਦਾ ਸੀ 30 ਮਿੰਟਾਂ ਚ ਘਰ ਤੋਂ ਬਾਹਰ ਵੀ ਬੈਂਕ ਕੋਲੇ ਅਧਿਕਾਰ ਆ ਕਿ ਤੁਸੀਂ ਕਰਜਾ ਨਹੀਂ ਮੋੜ ਸਕਦੇ ਤੁਸੀਂ ਤੇ ਕੀ ਕੀ ਜਦੋਂ ਲੋਕ ਹਤਾਸ਼ੀ ਸਤਾ ਸਤਾ ਹੋਣ ਗੀਆਂ ਲੋਕਾਂ ਦੀ ਸਤਾ ਹੋਣ ਗੀਆਂ ਤਾਂ ਮੈਂ ਪੁੱਛਦਾ ਕਿ ਤੁਹਾਨੂੰ ਤੁਸੀਂ ਕਰਜਾ ਲਿਆ ਸੀ ਤੁਸੀਂ ਹੁਣ ਥੱਲੇ ਲੱਗ ਗਏ ਆ ਕਰਜਾ ਵੀ ਇੱਕ ਗਰੀਬ ਮਜ਼ਦੂਰ ਨੇ ਲਿਆ ਗਰੀਬ ਪਸਾਨ ਨੇ ਲਿਆ ਆ ਉਹਨੂੰ ਘਰ ਤੋਂ ਬਾਹਰ ਕੱਢ ਦਿਓ ਇਹ ਕਿਹੜਾ ਰਾਜ ਹੁੰਦਾ ਇਦਾਂ ਦਾ ਜੀ ਕਰਜ਼ਾ ਲਿਆ ਸੀ ਮੈਂ ਕੰਮ ਚਲਾਉਣ ਲਈ ਨਹੀਂ ਚੱਲਿਆ ਮੈਂ ਮੋੜਨਾ ਮੇਰੀ ਜ਼ਿੰਮੇਵਾਰੀ ਹੈ ਮੈਂ ਮੋੜਾਂ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਮੈਂ ਥੱਲੇ ਲੱਗ ਗਿਆ ਤਾਂ ਉਹ ਮੈਨੂੰ ਬਿਘਰਾ ਕਰੋਗੇ ਤੁਸੀਂ ਇਹ ਕਿੱਦਾਂ ਜਾਇਆ ਜ੍ਹਾ ਦੱਸੋ ਜੀ ਅੱਛਾ ਚਲੋ ਮੈਨੂੰ ਦੂਜਾ ਸਵਾਲ ਤੁਸੀਂ 나ਜੀਬ ਮੈਨੂੰ ਸਵਾਲ ਕਰੋ ਮੈਂ ਤੁਹਾਨੂੰ ਸਵਾਲ ਪੱਤਰਕਾਰ ਜੀ ਕਰਦਾ ਆ ਤੁਸੀਂ ਦੱਸੋ ਕਿ ਜੇ ਇਸ ਦੇਸ਼ ਦੇ ਵਿੱਚ ਪੀ ਐਚ ਡੀ ਤੱਕ ਕੀਤੇ ਲੋਕ ਵੀ ਆ ਸਿਵਲ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਬੀ ਏ ਐਮ ਏ ਕੀਤੇ ਤੇ ਬਹੁਤ ਜਨਤਾ ਬਹੁਤ ਲੋਕ ਪੜ੍ਹੇ ਆ ਵਿਚਾਰੇ ਤੇ ਮਾਪੇ ਨੇ ਕਿਹੜੀ ਰੀਜਨ ਪੜਾਇਆ ਸੀ ਪੁੱਤ ਨੂੰ ਪਹਿਲੀ ਤੋਂ ਪਹਿਲੋ ਤੋਂ ਰੀਜਨ ਹੁੰਦੀ ਵੀ ਅੱਛੇ ਦਿਨ ਆਉਣਗੇ ਨੌਕਰੀ ਮਿਲੂਗੀ ਕੁਝ ਹੋਰ ਹੋਊਗਾ ਮਿਲ ਗਿਆ ਫਿਰ ਬਾਈ ਵਾਲੀ ਸਰਕਾਰ ਦੇ ਦੂਗੀ ਬਾਈ ਵਾਲੀ ਸਰਕਾਰ ਦੇ ਦੂਗੀ ਬਾਈ ਵਾਲੀ ਸਰਕਾਰ ਕੋਈ ਨਵਾਂ ਕਾਨੂੰਨ ਲੈ ਕੇ ਆਉਣਾ ਮੇਰੇ ਕਹਿਣ ਤੋਂ ਭਾਵ ਇਹ ਹੈ ਸਰ ਜੀ ਕਿ 2022 ਦੇ ਵਿੱਚ ਗੱਲ ਸਰਕਾਰ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਜਾਂ ਕਿਹੜੀ ਬਣਾਉਣੀ ਚਾਹੀਦੀ ਇਹ ਨਹੀਂ ਹੈ ਮੇਰੇ ਕਹਿਣ ਤੋਂ ਪਾਬ ਹੈ ਕਿ ਜਿਹੜੀਆਂ ਜਿਹੜੇ ਅੱਜ ਨਾਰੇਬਾਜੀ ਕਰ ਰਹੇ ਨੇ ਵੱਖ-ਵੱਖਤਾ ਮਾਤੇ ਜਿਵੇਂ ਦਿੱਲੀ ਵੀ ਆਪਾਂ ਨਾਰੇਬਾਜੀ ਕਰ ਰਹੇ ਆ ਇਹ 6 ਮਹੀਨੇ ਤੋਂ ਤੇ ਦਾ ਸਮਾਂ ਹੋ ਗਿਆ ਉੱਥੇ ਸਟੇਜ ਚੱਲਦੀ ਨੂੰ ਨਾਰੇਬਾਜੀ ਹੀ ਹੁੰਦੀ ਆ ਰਹੀ ਆ ਇਹ ਸਰਕਾਰ ਜਿਹੜੀ ਲੋਕਾਂ ਨੇ ਚੁਣੀ ਸੀ ਉਹਦਾ ਕੰਨਾਂ ਤੱਕ ਆਵਾਜ਼ ਪਹੁੰਚ ਨਹੀਂ ਰਹੀ ਦਿਖਾਈ ਦੇ ਰਹੀ ਆ ਨਹੀਂ ਤਾਂ ਹੁਣ ਤੱਕ ਕਾਨੂੰਨ ਵਾਪਸ ਲੈ ਕੇ ਲੋਕਾਂ ਦੇ ਘਰਾਂ ਨੂੰ ਆ ਜਾਣਾ ਸੀਗਾ ਉਹਨਾਂ ਹੀ ਲੋਕਾਂ ਨੇ ਮੁੜ ਕੇ ਇਹ ਨਾ ਘਰਾਂ ਦੇ ਵਿੱਚ ਆਉਣਾ ਹੈਗਾ ਲੋਕ ਕਿਦਾਂ ਦੇ ਸਵਾਲ ਕਰਨ ਇਹ ਜਿਨ੍ਹਾਂ ਨੂੰ ਸਤਾ ਚੁਣ ਕੇ ਜਿਹੜਾ ਭੇਜਿਆ ਸੀਗਾ ਸੰਸਦ ਦੇ ਵਿੱਚ ਤੁਹਾਡੇ ਸਵਾਲ ਨੂੰ ਮੈਂ ਜਵਾਬ ਦੇਣਾ ਚਾਹਤ ਹਾਂ ਤੁਸੀਂ ਕਹਿੰਦੇ ਜਿਨ੍ਹਾਂ ਦੇ ਕੰ ਜੇ ਕੋਈ ਬੋੜਾ ਹੋਵੇ ਜੇ ਕੋਈ ਜਾਗਦਾ ਹੋਇਆ ਕੇਸਲ ਮਾਰ ਕੇ ਪੈ ਜੂਵੇ ਮੈਨੂੰ ਉੱਠਦਾ ਫਿਰ ਉਹਨੂੰ ਠਾਈਦਾ ਕਿਦਾਂ ਆ ਜਿੱਦਾਂ ਠਾਈਦਾ ਫਿਰ ਉਦਾਂ ਠਾਈਦਾ ਮੰਨ ਲਓ ਬੰਦਾ ਬੋੜਾ ਨਹੀਂ ਕੇਸਲ ਮਾਰ ਕੇ ਪਿਆ ਉਹਨੂੰ ਠਾਈਏ ਕਿਦਾਂ ਮੈਨੂੰ ਤਾਂ ਪਤਾ ਕਿਦਾਂ ਫਿਰ ਤਾਂ ਠੱਡ ਮਾਰ ਕੇ ਠਾਈਦਾ ਫਿਰ ਜਿੱਦਾਂ ਠਾਈਦਾ ਉਦਾਂ ਠੋਣਾ ਚਾਹੀਦਾ ਉਹਨੂੰ ਵੀ ਤੂੰ ਉੱਠ ਕਿਉਂ ਕਹਦਾ ਨਹੀਂ ਸੁਣਨੀ ਹਾਂ ਜਿੱਥੇ ਤੱਕ ਤੁਹਾਡਾ ਬਾਈ ਦੇ ਤੁਸੀਂ ਕਿਹਾ ਵੀ ਉਹ ਲੋਕ ਕੀ ਕਰਨ ਮੈਨੂੰ ਇਹ ਲੱਗਦਾ ਕਿ ਲੋਕਾਂ ਦੇ ਕੋਲੇ ਜਮਹੂਰੀ ਹੱਕ ਡੈਮੋਕਰੇਟ ਰਾਈਟ ਆ ਉਹਦਾ ਹੈਗਾ ਕਿਸ ਜਿਹੜਾ ਵੀ ਤੁਹਾਡੇ ਕੋ ਆਵੇ ਤੁਹਾਡੇ ਚਾਚੇ ਦਾ ਮੁੰਡਾ ਵੀ ਕਿਉਂ ਨਾ ਆ ਜਵੇ ਉਹਨੂੰ ਪੁੱਛੋ ਜ਼ਰੂਰ ਕਿ ਭਾਈ ਸਾਹਿਬ ਮੇਰੀ ਗਰੀਬੀ ਦੇ ਕਾਰਨ ਬੋਲ ਕੀ ਆ ਮੈਂ ਕੰਮ ਕਰਦਾ ਆ 8 ਘੰਟੇ ਕੰਮ ਕਰਦਾ ਜਦੋਂ ਇਹ ਮੈਨੂੰ ਕੰਮ ਮਿਲਦਾ ਮੈਂ ਕੰਮ ਕਰਦਾ ਆ ਫੇਰ ਵੀ ਗਰੀਬੀ ਜਾਣ ਕਿਉਂ ਨਹੀਂ ਛੱਡਦੀ ਮੇਰਾ ਮੁੰਡਾ ਪੜਿਆ ਸੀ ਨੌਕਰੀ ਕਿਉਂ ਨਹੀਂ ਮਿਲੀ ਤੇ ਜੇ ਨਹੀਂ ਵੀ ਪੜਿਆ ਤੇ ਉਹਨੂੰ ਭੁੱਖਾ ਮਰਦੀ ਤੁਸੀਂ ਛੱਡ ਦਿਓਗੇ ਲੋਕਾਂ ਦੀ ਸਤਾ ਚ ਨਹੀਂ ਕਦੇ ਵੀ ਹੋਇਆ ਲੋਕਾਂ ਦੀ ਸਤਾ ਚ ਸਦਾ ਹੋਇਆ ਲੋਕਾਂ ਦੀ ਸਤਾ ਦੇ ਵਿੱਚ ਜਿਹੜਾ ਹਾਕਮ ਜਿਹੜਾ ਆ ਹਾਕਮ ਨਹੀਂ ਲੋਕਾਂ ਦੀ ਸਤਾ 'ਚ ਹਾਕਮ ਨਹੀਂ ਕੋਈ ਹੁੰਦਾ ਉੱਥੇ ਲੋਕ ਹੀ ਹਾਕਮ ਹੁੰਦੇ ਆ ਤੇ ਜਦੋਂ ਇਹਨੂੰ ਇਹਨੂੰ ਡੈਮੋਕ੍ਰੇਸੀ ਅਸੀਂ ਕਹਿ ਰਹੇ ਜਮਹੂਰੀਅਤ ਜਿਸ ਢੰਗ ਦੀ ਇਹ ਜਮਹੂਰੀਅਤ ਆ ਸਾਡੀ ਚੱਲ ਰਹੀ ਮੈਨੂੰ ਤਾਂ ਬੜੀ ਅਜੀਬ ਜੀ ਗੱਲ ਲੱਗ ਰਹੀ ਆ ਕਿ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਇੱਥੋਂ ੁੱਟ ਗਿਆ ਲੋਕਾਂ ਦਾ ਵਿਸ਼ਵਾਸ ਪਰ ਕੀ ਵਿਸ਼ਵਾਸ ਢਾਕੇ ਕਿਸੇ ਨੇ ਬੜੀ ਅੱਛੀ ਗੱਲ ਕਹੀ ਸੀ ਗੁੜਾ ਜੀ ਨਰਾਸ਼ ਨਾ ਹੋਵੋ ਨਰਾਸ਼ ਨਾ ਹੋਵੋ ਆਸ਼ਾ ਰੱਖ ਕੇ ਅੱਗੇ ਵਧੋ ਮੰਜ਼ਿਲ ਜ਼ਰੂਰ ਆਊਗੀ ਤੇ ਅਸੀਂ ਆਸ਼ਾ ਰੱਖ ਕੇ ਮੰਜ਼ਿਲ ਤੇ ਤੱਕ ਜਾਣਾ ਆ ਇਹ ਅੰਦੋਲਨ ਜਿਹੜਾ ਚੱਲਿਆ ਹੋਇਆ ਇਹ ਅੰਦੋਲਨ ਦੇ ਵਿੱਚ ਮੈਂ ਬੜਾ ਖਾਸ ਗੱਲ ਕਹਿਣੀ ਚਾਹੁੰਦਾ ਆ ਖਾਸ ਕਰਕੇ ਦਲਤ ਤਬਕੇ ਨੂੰ ਖਾਸ ਕਰਕੇ ਦੇ ਜਮੀਨਾ ਕਿਸੇ ਵੀ ਜਾਤੀ ਦਾ ਵਿਅਕਤੀ ਆ ਜੀ ਜੀ ਛੋਟਾ ਕਿਸਾਨ ਵੱਡੇ ਨੂੰ ਨਹੀਂ ਮੈਂ ਕਹ ਰਿਹਾ ਛੋਟਾ ਕਿਸਾਨ ਉਹਨੂੰ ਜ਼ਰੂਰ ਕਹੂੰਗਾ ਕਿ ਅੰਦੋਲਨ ਚ ਡਟ ਕੇ ਸ਼ਾਮਲ ਹੋ ਦੋ ਵਾ ਕੰਮ ਜੀਣਾ ਜਾਂ ਸੀ ਮਰਨਾ ਤੇ ਜੇ ਇਦਾਂ ਹੀ ਮਰ ਜਾਣਾ ਬਿਮਾਰੀਆਂ ਨਾਲ ਹੀ ਮਰ ਜਾਣਾ ਅਨਪਲਾਈਮੈਂਟ ਨਾਲ ਮਰ ਜਾਣਾ ਹੱਕ ਖੁੱਸ ਜਾਣ ਦੇ ਨਾਲ ਜਿਹੜਾ ਮਾੜਾ ਮੋਟਾ ਹੱਕਾ ਉਹ ਵੀ ਖੁੱਸ ਜਾਣ ਦੇ ਨਾਲ ਹੀ ਮਰ ਜਾਣਾ ਆ ਤੇ ਮੈਨੂੰ ਇਹ ਲੱਗਿਆ ਉਹਦੇ ਨਾਲੋਂ ਲੜ ਕੇ ਮਰਨਾ ਤਾਂ 100 ਗੁਣਾ ਚੰਗਾ ਹੁੰਦਾ ਆ ਘਟੂ ਘਟੇ ਇੱਕ ਨੇਕ ਮਨੁੱਖ ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਨਾ ਕਿ ਲੜਦਿਆਂ ਮਰ ਗਿਆ ਆਖਰ ਤੇ ਬੈਸੀ ਮੇਰਾ ਫਰਜ ਨਹੀਂ ਬਣਦਾ ਤੁਹਾਨੂੰ ਮੈਂ ਪੁੱਛਾਂ ਤੁਹਾਡਾ ਨਿੱਜੀ ਜ਼ਿੰਦਗੀ ਹੈਗੀ ਆ ਜਦੋਂ ਤੁਸੀਂ ਹੋਏ ਇਹ ਬੱਚਿਆਂ ਨੇ ਘਰਦਿਆਂ ਨੇ ਕਹਾਣੀ ਚਲੋ ਜੀ ਆਪਾਂ ਹੁਣ ਕਿਤੇ ਸ਼ਹਿਰ ਵੱਡੀ ਸਾਰੀ ਕੋਠੀ ਲੈ ਕੇ ਉੱਥੇ ਜ਼ਿੰਦਗੀ ਬਤੀਤ ਕਰਦੇ ਗਰਮੀਆਂ ਨੂੰ ਚੱਲਿਆ ਕਰਾਂਗੇ ਛਿਮਲੇ ਤੇ ਸਰਦੀਆਂ ਨੂੰ ਘੁੰਮਣ ਚੱਲਿਆ ਇੱਕ ਇਸ ਕਰਕੇ ਮੈਂ ਪੁੱਛਿਆ ਕਿ ਜਿਹੜੇ ਲੋਕ ਸਾਧਨ ਸੰਪਨ ਨੇ ਜਾਂ ਜਿਹੜੇ ਲੋਕ ਕਾਮਯਾਬ ਨੇ ਜਾਂ ਜਿਹੜੇ ਲੋਕ ਧਨੀ ਨੇ ਜਾਂ ਜਿਹੜੇ ਲੋਕ ਉਸ ਕਬੀਲੇ ਚ ਉੱਠ ਕੇ ਉਸ ਹਾਲਾਤਾਂ ਦੇ ਵਿੱਚੋਂ ਉੱਠ ਕੇ ਕਾਮਯਾਬ ਹੋਣ ਤੋਂ ਬਾਅਦ ਧਨੀ ਹੋ ਕੇ ਜਿਹੜੇ ਚਲੇ ਹੀ ਜਾਂਦੇ ਨੇ ਉਹਨਾਂ ਲਈ ਇੱਕ ਵੱਡਾ ਸਵਾਲ ਹੋ ਗਿਆ ਇਸ ਕਰਕੇ ਮੈਂ ਤੁਹਾਡੀ ਨਿੱਜੀ ਜ਼ਿੰਦਗੀ ਦੇ ਬਾਰੇ ਪੁੱਛਿਆ ਸੀਗਾ ਵੀ ਘਰ ਦੇ ਕਹਿੰਦੇ ਤਾਂ ਹੁਣੇ ਚਲੋ ਜੀ ਅੱਜ ਚਲੀਏ ਸ਼ਿਮਲੇ ਆਲੂ ਘੁੰਮਣ ਫੇਰ ਚਲੀਏ ਆਨੰਦ ਲੋਕਾਂ ਦੇ ਆਪੂ ਆਪਣੇ ਬਣਾਏ ਹੋਏ ਆ ਕਿਸੇ ਨੂੰ ਪੈਸੇ ਨਾਲ ਆਨੰਦ ਆਉਂਦਾ ਕਿਸੇ ਨੂੰ ਹੋਰ ਮਸਤੀਆਂ ਕਰਕੇ ਆਨੰਦ ਆਉਂਦਾ ਤੇ ਮੈਨੂੰ ਉਹ ਆਨੰਦ ਇਹ ਸਾਰੇ ਆਨੰਦ ਕਿਵੇਂ ਆਉਂਦਾ ਪਰ ਇੱਕ ਰੀਅਲ ਆਨੰਦ ਹੁੰਦਾ ਆ ਸੱਚ ਮੁੱਚ ਆਨੰਦ ਜ਼ਿੰਦਗੀ ਦਾ ਸਕੂਨ ਜ਼ਿੰਦਗੀ ਨੂੰ ਮੈਂ ਜਿਵੇਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਮੈਂ 17-18 ਸਾਲ ਦਾ ਸੀ ਤਾਂ ਉਦੋਂ ਤੋਂ ਜਦੋਂ ਮੇਰੀ ਸ਼ਾਦੀ ਹੋਈ ਹੈ ਮੇਰੀ ਵਾਈਫ ਉਹ ਵੀ ਮੇਰੇ ਨਾਲ ਬਹੁਤ ਸਹਿਯੋਗੀ ਆ ਬੇਟੀ ਆ ਸਾਡੀ ਇੱਕ ਉਹ ਵੀ ਬੜੀ ਸਹਿਯੋਗੀ ਆ ਸਾਡੀ ਉਹ ਵੀ ਚੇਤਨਾ ਸਾਡੇ ਘਰ ਦੇ ਵਿੱਚ ਮਤਲਬ ਕਦੇ ਕੋਈ ਨਾ ਵੀ ਅੱਜ ਅਸੀਂ ਉਹ ਫਲਾਣੇ ਧਾਰਮਿਕ ਸਥਾਨ ਤੇ ਜਾ ਰਹੇ ਹਾਂ ਫਲਾਣੇ ਤੇ ਜਾ ਰਹੇ ਹਾਂ ਫਲਾਣੇ ਤੇ ਜਾ ਰਹੇ ਹਾਂ ਜੇ ਇੱਥੇ ਯਾਤਰਾ ਨਾ ਕੀਤੀ ਪਤਾ ਨਹੀਂ ਕੀ ਹੋਣਾ ਉਹ ਤਾਂ ਸਾਰੇ ਘੁੰਮਦੇ ਆ ਜਾਣੇ ਆ ਜਿੰਨਾ ਸਤਕਾਰ ਆ ਸਭ ਧਰਮਾਂ ਨੂੰ ਵੀ ਉਹ ਧਾਰਮਿਕ ਸਥਾਨਾਂ ਨੂੰ ਵੀ ਦਿੰਨੇ ਆ ਇਦਾਂ ਦੀ ਕੋਈ ਗੱਲ ਪਰ ਮੈਨੂੰ ਇਹ ਲੱਗਦਾ ਹੁੰਦਾ ਉਹ ਯਾਤਰਾਵਾਂ ਦਾ ਹੋਰ ਸਾਰਾ ਕੁਝ ਉਹ ਅਸੀਂ ਉਸ ਗੱਲ ਤੋਂ ਨਿਰਲੇਪ ਹੋ ਗਏ ਸਾਨੂੰ ਇਹ ਲੱਗਾ ਵੀ ਜਿਹੜਾ ਸਾਡਾ ਰੱਬ ਆ ਮੇਰਾ ਰੱਬ ਉਹ ਮੇਰਾ ਰੱਬ ਇਸ ਜਰੇ-ਜਰੇ ਦੇ ਵਿੱਚ ਹੈ ਰੁੱਖ 'ਚ ਵੀ ਆ ਇਹ ਬੂਟੇ 'ਚ ਵੀ ਆ ਇਹ ਕੀੜੀ 'ਚ ਵੀ ਆ ਇਹ ਬੰਦੇ 'ਚ ਵੀ ਆ ਤੇ ਇਹ ਸਾਰਾ ਇਹ ਇੱਕ ਹਾਲ ਉੱਪਰ ਜਿਹੜੀ ਇੱਕ ਨੇਚਰ ਹੈਗੀ ਆ ਇਹ ਮੇਰਾ ਨੇਚਰ ਹੀ ਮੇਰਾ ਰੱਬ ਆ ਤੇ ਮੈਨੂੰ ਕਿਤੇ ਲੱਭਣ ਦੀ ਲੋੜ ਨਹੀਂ ਪਈ ਕਦੇ ਵੀ ਕਿਤੇ ਵੀ ਸਪੈਸ਼ਲ ਥਾਂ ਦੇ ਉੱਤੇ ਜਾ ਕੇ ਮੈਨੂੰ ਲੱਭਣਾ ਪਿਆ ਤੇ ਇਸ ਕਰਕੇ ਜਦੋਂ ਮੇਰਾ ਪਰਿਵਾਰ ਇਸ ਢੰਗ ਦਾ ਆ ਤੇ ਉਹ ਮੈਨੂੰ ਬੜਾ ਸਹਿਯੋਗੀ ਹੈ ਮੇਰੇ ਤੇ ਮੈਨੂੰ ਇਹ ਲੱਗਦਾ ਕਿ ਯਾਰ ਇੱਕ ਛੋਟੀ ਜੀ ਗੱਲ ਸੁਣਾਉਣਾ ਉਹ ਕੋਈ ਮੇਰਾ ਮਿੱਤਰ ਸੀਦਾ ਤੇ ਉਹਨੂੰ ਕਰੋਨਾ ਹੋ ਗਿਆ ਜੀ ਤੇ ਅਸੀਂ ਹਿਸਾਬ ਲਾ ਲਿਆ ਵੀ ਇਹ ਮਿੱਤਰ ਗਿਆ ਵੀ ਇੱਕ ਸਾਡਾ ਸੱਜਣ ਹੈਗਾ ਸੀ ਉਹ ਘਟ ਜਾਣਾ ਆ ਉਹ ਬਚ ਕੇ ਆ ਗਿਆ ਮੈਂ ਪਤਾ ਲੈਣ ਗਿਆ ਤੇ ਮੈਂ ਕਿਹਾ ਭਾਈ ਕਿਦਾਂ ਹਾਲ ਹੈ ਤੇ ਕਹਿੰਦਾ ਠੀਕ ਆ ਕਿੰਦਾ ਯਾਰ ਐਵੇਂ ਹੀ ਮਰ ਚ ਲਿਆ ਸੀ ਉਹਦਾ ਹੁਣ ਸ਼ਬਦ ਜਿਹੜਾ ਐਵੇਂ ਸੀ ਨਾ ਉਹਦੇ 'ਚ ਧਮ ਸੀ ਉਹ ਐਵੇਂ ਉਹਦਾ ਸ਼ਬਦ ਇਹ ਸੀਦਾ ਵੀ ਯਾਰ ਮੈਂ ਸਮਾਜ ਲਈ ਕੁਝ ਕਰੀਏ ਵਾਰੀ ਇਹ ਸਾਡਾ ਦੇਸ਼ ਹੈ ਇਹ ਸਾਡਾ ਦੇਸ਼ ਹੈ ਇਹ ਕੋ 2-4 ਸੇਠਾਂ ਦਾ ਦੇਸ਼ ਨਹੀਂ ਹੈਗਾ ਇਹ ਭਾਰਤ ਦੇ ਕਰੋੜਾਂ ਮਿਹਨਤੀ ਲੋਕਾਂ ਦਾ ਦੇਸ਼ ਹੈ ਤੇ ਮਿਹਨਤੀ ਲੋਕਾਂ ਨੇ ਹੀ ਆਪਣੇ ਦੇਸ਼ ਨੂੰ ਬਚਾਉਣਾ ਆ ਵੱਡਿਆਂ ਨੇ ਤਾਂ ਲੁੱਟਣਾ ਆ ਜੀ ਉਹ ਤੇ ਲੁੱਟੀ ਜਾ ਰਿਹਾ ਜੇ ਲੁੱਟਦੇ ਨਾ ਹੁੰਦੇ ਤਾਂ ਅੰਦੋਲਨ ਕਿਉਂ ਚੱਲਦਾ ਇਹ ਤਾਂ ਮੈਨੂੰ ਅੱਜ ਵੀ ਲੱਗਦਾ ਮੈਂ ਲਾਸਟ ਆਪਣੀ ਪਿੱਟਣ ਲੋਕ ਰੋਂਣ ਲੋਕ ਰੌਲਾ ਪਾਉਣ 6-6 ਮਹੀਨਿਆਂ ਤੋਂ 400 ਬੰਦਾ ਸ਼ਹੀਦ ਹੋ ਜਵੇ ਔਰ ਸਰਕਾਰ ਕੋਈ ਗੱਲ ਹੀ ਨਾ ਕਰੇ ਸਾਡੀ ਸਰਕਾਰ ਹੈ ਕ ਅਮਰੀਕਾ ਦੀ ਸਰਕਾਰ ਹੈ ਇਹ ਇਹ ਸਾਡੀ ਸਰਕਾਰ ਹੈ ਸਾਡੀ ਭਾਰਤੀ ਸਰਕਾਰ ਹੈ ਲੋਕਾਂ ਨੇ ਇਹਨੂੰ ਵੋਟਾਂ ਨਾਲ ਸੁਣਚਣਿਆ ਆ ਵੋਟਾਂ ਪਾਈਆਂ ਚੁਣਿਆਵੇਂ ਛੱਡ ਦੇਣਾ ਸ਼ਬਦ ਪਾਸੇ ਹੀ ਕਰ ਦੇਣਾ ਜੀ ਹੁਣ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਸਰਕਾਰ ਹੈ ਸਾਡੀ ਆ ਕੱਲੇ ਅਦਾਨੀ ਦੀ ਸਰਕਾਰ ਆ ਕੱਲੇ ਅਮਬਾਨੀ ਦੀ ਸਰਕਾਰ ਆ ਜਾਂ ਦੱਸਦੇ ਬੋਨਾ ਕੱਲਿਆਂ ਦੀ ਆ ਇਹ ਲੋਕਾਂ ਨੇ ਭਰਾ ਸਾਡਾ ਕੋਈ ਹੱਕ ਨਹੀਂ ਠੀਕ ਹੈ ਚਲੋ ਆਪਣੇ ਘਰ ਨੂੰ ਚਲੀਏ ਤੁਸੀਂ ਐਲਾਨ ਕਰੋ ਇੱਕ ਵਾਰੀ ਵੀ ਇਹ ਸਰਕਾਰ ਪੂੰਜੀਪਤੀਆਂ ਕਭਰਾਉਣਾ ਚੇਤਨ ਜ਼ਰੂਰ ਹੋਵੇ ਪੜਨਾ ਇੱਕ ਗੱਲ ਹੁੰਦਾ ਚੇਤਨ ਦੂਜਾ ਹੋਣਾ ਤੁਸੀਂ ਆਪਣੇ ਹੱਕਾਂ ਲਈ ਚੇਤਨ ਹੋਵੋ ਔਰ ਇੱਕ ਹਿੰਮਤ ਕਰੋ ਗੱਲ ਕਹਿਣ ਦੀ ਜਦੋਂ ਹਿੰਮਤ ਕਰੋਗੇ ਗੱਲ ਕਹਿਣ ਦੀ ਫਿਰ ਬਦਲਾਂਗੇ ਆਪਾਂ ਹਿੰਮਤ ਕਰੋ ਸਲਾਮ ਆ ਲੋਕਾਂ ਨੂੰ ਲੋਕ ਤੱਕੜੇ ਆ ਬਹੁਤ 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 ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਇਹਨੇ ਜਸਵਿੰਦਰ ਪਟਵਾਰੀ ਜੀ ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਔਰ ਅਗਲੀ ਇੰਟਰਵਿਊ ਦੇ ਵਿੱਚ ਦੱਸਾਂਗੇ ਕਿ ਇਹ ਜਿਹੜੀ ਸਾਡੇ ਧਾਰਮਿਕ ਵਿਵਸਥਾ ਵਾਲੀ ਜਿਹੜੀ ਸਾਨੂੰ ਗੁਲਾਮ ਰੱਖ ਬਣਾ ਕੇ ਰੱਖਣ ਵਾਲੀ ਜਿਹੜੀ ਚਾਲ ਹੈ ਉਹ ਕਿਹਨਾਂ ਦੀ ਹੈ ਕਿਉਂ ਅਸੀਂ ਗਰੀਬ ਹਾਂ ਇਦਾਂ ਦੀਆਂ ਗੱਲਾਂ ਬਾਤਾਂ ਅਗਲੇ ਐਪੀਸੋਡ ਦੇ ਵਿੱਚ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਆਜ਼ਾਦ ਮੈਂ ਤੁਹਾਡਾ ਆਪਣਾ ਨਰਮਲ ਗੋੜਾ ਦੇਖਦੇ ਰਹੋ ਇਨਕੇਨ ਟੀਵੀ 파ਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਛੁਰੂ ਪਿਓਰ ਵਾਟਰ ਹੈਲਥੀ ਲਾਈਫ ਐਨ ਜੀਓ ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਛੁੱਧ ਪਾਣੀ ਮਹਈਆ ਕਰਵਾਉਣ ਦੀ ਮਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਮਜਾਰਾ ਰਾਣੂਆ ਤੋਂ ਛੁਰੂ ਐਨ ਆਰ ਆਈ ਤੇ ਦਾਨੀ ਸੱਜਣਾ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਦੀਆਂ ਬਿਮਾਰੀਆਂ ਜਿਵੇਂ ਟਾਈਫਾਈਡ ਪੇਟ ਗੈਸ ਪੀਲੀਆ ਜੋੜਾਂ ਦਾ ਦਰਦ ਕਬਜ ਬੁਖਾਰ ਤੇ ਕੈਂਸਰ ਤੋਂ ਬਚਾਈਏ ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 7098070383 ਅਤੇ ਰਗਵੀਰ ਸਿੰਘ ਆਸਟ੍ਰੇਲੀਆ 04267943